ਧੰਨਵਾਦ ਕਰਦੇ ਹਾਂ ਵਿੱਕੀ ਕੈਨੇਡਾ ਤੇ ਸਾਡਾ ਰਮਨਾ ਕੈਨੇਡਾ ਜ਼ਿੰਦਗੀ ਦੇ ਅਜੀਜ਼ ਮਿੱਤਰ ਤੇ ਨਾਲ ਹੀ NRI ਵੀਰਾਂ ਦਾ ਵੱਡਾ ਸਹਿਯੋਗ ਹੈ ਸਮੁੱਚੇ ਕਲੱਬ ਨੂੰ ਬਾਹਰ ਵਾਲੇ ਪਰਿਵਾਰ ਵੱਲੋਂ ਕਹਿ ਲਈਏ 1,00,000 ਰੁਪਇਆ ਪੁੱਜਿਆ ਹੈ ਚੰਦਾ ਸਿੰਘ ਤੇ ਵੀਰ ਸਿੰਘ ਦੀ ਯਾਦ ਵਿੱਚ ਤੇ ਨਾਲ ਹੀ ਸਤਨਾਮ ਨੌਜਵਾਨ ਪੂਰੀ ਕੋਸ਼ਿਸ਼ ਕਰਦਾ ਹੈ ਭੱਜਣ ਦੀ 1 ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਹੈਲੋ, ਸਤਨਾਮ ਸਿੰਘ ਨੂੰ 100 ਰੁਪਇਆ ਬਲਵਿੰਦਰ ਸਿੰਘ ਵੀਡੀਓ ਵੱਲੋਂ ਦਿੱਤਾ ਜਾਂਦਾ ਜੀ। ਬਲਵਿੰਦਰ ਸਿੰਘ ਜੀ ਵੀਡੀਓ ਵੱਡੇ ਮਾਣ ਕਰਦੇ ਨੇ ਗੁਰਦੁਆਰਾ ਸਾਹਿਬ ਦਾ ਗਰਾਊਂਡ ਬਣਾਉਣ ਵਿੱਚ ਵੱਡਾ ਸਹਿਯੋਗ ਵੀਡੀਓ ਸਾਹਿਬ ਤੇ ਨਾਲ ਹੀ ਰਮਨਾ 1 ਅੰਕ ਦਾ ਵਾਧਾ ਕਰਦਾ ਹੋਇਆ ਰੱਜੀਵਲ ਦੀ ਟੀਮ ਦੇ ਲਈ। ਅਗਲੀ ਕਬੱਡੀ ਨੌਜਵਾਨ ਕੀਪਾ ਕਹਿ ਲਈਏ ਦਾਤੇ ਪਿੰਡ ਵਾਲਾ ਤਿਆਰੀ ਫੜਦਾ ਇਸ ਵੇਲੇ ਗੁਰਦੇ ਸਰੀਰ ਦਾ ਮਾਲਿਕ ਕਹਿ ਲਈਏ ਇਸ ਵੇਲੇ ਕਿ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਲਾ ਕੇ ਜਿੰਦ ਜਾਨ ਮਿੱਤਰੋ ਕਿ ਕੌਡੀ ਭੰਗੜਾ ਪੰਜਾਬੀਆਂ ਦਾ ਸ਼ਾਨ ਮਿੱਤਰੋ ਕਿ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਇਸ ਵੇਲੇ ਕਹਿ ਲਈਏ ਕੀਪਾ ਬਾਅਦ ਬੋਲਦਾ ਹੈ ਧਾਵਾ ਧੱਕੇ ਮਾਰ ਮੈਦਾਨੋਂ ਬਾਹਰ ਕਰ ਗਿਆ ਨੌਜਵਾਨ ਕੀਪਾ ਦਾਤੇ ਪਿੰਡ ਵਾਲਾ ਤੇ ਨਾਲ ਹੀ ਸੇਵਾ ਸਿੰਘ ਜੀ ਮਚਾਕੀ ਵਾਲੇ ਫੈਸਲੇ ਕਰਦੇ ਨੇ ਅਮਰਜੀਤ ਸਿੰਘ ਜੀ ਸਾਡੇ ਪਰਮਜੀਤ ਸਿੰਘ ਜੀ ਸੰਧੂ ਸਾਹਿਬ ਵੀ ਪਹਿਲਾਂ ਕਹਿ ਲਈਏ ਅਫਸਲ ਵੀਰਾਂ ਦੀਆਂ ਸਵਾਵਾਂ। ਅਗਲੀ ਕਬੱਡੀ ਇਸ ਵੇਲੇ ਵਿੱਕੀ ਨੌਜਵਾਨ ਦੋਹਾਂ ਵੀਰਾਂ ਦੀ ਘੁੰਮਦੀ ਹੋਈ ਚੈਨ ਵਿੱਚ ਇੱਕ ਪਾਸੇ ਮੰਦਰ ਖੜਾ ਹੈ ਕਿ ਮੰਦਰ ਬੜਾ ਪਤੰਦਰ ਦਿੰਦਾ ਨਹੀਂ ਉਹ ਭੇਤ ਮਿੱਤਰੋ ਬੜਾ ਸੋਹਣਾ ਖੇਡਦਾ ਸੋਨੀ ਸਨੇਹ ਤੇ ਮਿੱਤਰੋ ਇਹ ਕਹਿ ਲਈਏ ਜਲਾਲਾਬਾਦ ਦੀਆਂ ਸੋਹਣਾ ਖੇਡਦਾ ਵਧੀਆ 70 ਕਿਲੋ ਵਰਗ ਦਾ ਖਿਡਾਰੀ ਤੇ ਜਲਾਲਾਬਾਦ ਦੀਆਂ ਸ਼ਿੰਦੂ ਵੀ ਟੋਟੀ ਦੇ ਪਲੇਅਰਾਂ ਵਿੱਚ ਨਾਂ ਆਉਂਦਾ ਹੈ ਤੇ ਅਗਲੀ ਕਬੱਡੀ ਸਤਨਾਮ ਕਹਿ ਲਈਏ ਵੀਡੀਓ ਦਾ ਭਤੀਜਾ ਵੱਧ ਬੋਲਦਾ ਹੈ ਧਾਵਾ ਤਿੰਨਾਂ ਵੀਰਾਂ ਦੀ ਘੁੰਮਦੀ ਹੋਈ ਚੈਨ ਕਿ ਫਿਰ ਕੰਧਾਂ ਕੋਲੇ ਥਾਪੀਆਂ ਤੂੰ ਮਾਰਦਾ ਪਤਾ ਲੱਗ ਜੂਗਾ ਤੋਲੇ ਹੋਏ ਭਾਰ ਦਾ ਜਦੋਂ ਟੱਕਰਿਆ ਕੋਈ ਭੈੜੇ ਪਰਿਵਾਰ ਦਾ ਤੇ ਕਿਤੇ ਵੀ ਨਹੀਂ ਜੀ ਲੱਗਦਾ ਕਿ ਘੋੜੀ ਘੋੜੀਆਂ ਚ ਦੇਖ ਲਈ ਭਜਾ ਕੇ ਉਹ ਘਰੇ ਪਤਾ ਕੀ ਲੱਗਦਾ ਅੱਜ ਕੱਲ ਇਹ ਖੇਡ ਦੇ ਮੈਦਾਨਾਂ ਵਿੱਚ ਟੱਕਰ ਹੋਵੇਗੀ। ਅਗਲੀ ਕਬੱਡੀ ਰਮਨਾ ਮੇਰੇ ਵੀਰੋ ਦੋਹਾਂ ਵੀਰਾਂ ਦੀ ਘੁੰਮਦੀ ਹੋਈ ਚੈਨ ਕਿ ਜੱਜ ਦੀ ਜਵਾਨੀ ਯਾਰ ਉਹ ਹੱਸਦੀ ਖੇਡਦੀ ਜੱਜ ਦਾ ਬੁਢਾਪਾ ਜੇ ਸਿਆਣੀ ਗੱਲ ਕਰੇ ਤਾਂ ਇੱਥੇ ਤੇ ਕੁਵਾਰੀ ਜਿਹੜੀ ਰਾਰਮਨ ਨੇ ਮਾਪਿਆਂ ਦਾ ਸੂਰਮੇ ਦੀ ਛੋਭਾ ਜੇ ਮੈਦਾਨੇ ਜੰਗ ਲੜੇ ਤਾਂ ਮੇਰੇ ਵੀਰੋ ਮੈਦਾਨੇ ਜੰਗ ਵਰਗੇ ਮੁਕਾਬਲੇ ਨੇ ਅੱਜ ਮਨਾਵੇ ਦੀ ਧਰਤੀ ਤੇ ਸ਼ਿੰਦੂ ਲਾ ਜਫਾ ਬੱਲੇ ਬੱਲੇ ਕਰਵਾ ਗਏ ਰਮਨਾ ਸਾਡਾ ਵੀਰ ਤੇ ਵਿੱਕੀ ਕੈਨੇਡਾ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ। ਅਗਲੀ ਕਬੱਡੀ ਹੈਲੋ ਹਾਂਜੀ ਡਾਕਟਰ ਮਨਦੀਪ ਸਿੰਘ ਜੀ ਜਿਹੜੇ ਕਿ ਸਾਡੇ ਪਿੰਡ ਮਨਾਵਾ ਵਿਖੇ ਡਾਕਟਰੀ ਵੈਟਨਰੀ ਡਾਕਟਰ ਹਨ ਉਹ ਵੀ 500 ਰੁਪਇਆ ਮੈਕਸ ਦਾ ਕਮੇਟੀ ਨੂੰ ਦਿੰਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ। ਰੱਜੀ ਵਾਲੀਆਂ ਨੌਜਵਾਨ ਪੂਰੀ ਕੋਸ਼ਿਸ਼ ਕਰਦਾ ਹੈ ਡੱਕਣ ਰੱਖਣ ਦੀ ਸੋਹਣੇ ਦਾ ਮਾਂਦਰਾ ਪੈਂਦਾ ਹੈ ਨੌਜਵਾਨ ਤੇ ਅਗਲੀ ਕਬੱਡੀ ਇਸ ਵੇਲੇ ਵਿੱਕੀ ਵੱਧ ਬੋਲਦਾ ਹੈ ਧਾਵਾ ਇੱਕ ਪਾਸੇ ਕਹਿ ਲਈਏ ਵਿਚਾਲੇ ਸਾਡੇ ਵੀਡੀਓ ਸਾਹਿਬ ਦਾ ਭਤੀਜਾ ਖੜਾ ਹੈ ਤੇ ਸ਼ਿੰਦੂ ਪੂਰੀ ਕੋਸ਼ਿਸ਼ ਕਰਦਾ ਹੈ ਮੇਰੇ ਵੀਰੋ ਕਿ ਖੁੱਚ ਪੁੱਟਣੀ ਤੇ ਔਖੀ ਲਾਉਣੀ ਧਾ ਕੇ ਮਿੱਤਰੋ ਕਿ ਦਾ ਮਿਹਨਤਾਂ ਦੇ ਨਾਲ ਸਾਰੇ ਲੱਗਦੇ ਖਾ ਕੇ ਖੁਰਾਕ ਕੇ ਮਿੱਤਰੋ ਅੱਜ ਖਾਧੀਆਂ ਖੁਰਾਕਾਂ ਦੀ ਗੱਲ ਹੋਵੇਗੀ ਮੇਰੇ ਵੀਰੋ ਤੇ ਨਾਲ ਹੀ ਵੱਡੇ ਮਾਨਾ ਸਨਮਾਨਾਂ ਦੀ ਗੱਲ ਸਾਡੇ ਕਹਿ ਲਈਏ ਬੈਸਟ ਜਾਫੀ ਦੇ ਬੈਸਟ ਟ੍ਰੇਡਰ ਲਈ ਫਰਿੱਜਾਂ ਦਿੱਤੀਆਂ ਜਾਣਗੀਆਂ ਤੇ ਨਾਲ ਹੀ ਬੂਟ ਉਮਰੀਆਂ ਦੇ ਲਈ ਕਹਿ ਲਈਏ ਮੋਟਰਸਾਈਕਲ ਹੋਵੇਗਾ ਬਲਵਿੰਦਰ ਸਿੰਘ ਵੀਡੀਓ ਤੇ ਜੱਗੇ ਵੀਰ ਵੱਲੋਂ ਐਨ ਕਹਿ ਲਈਏ ਲਾਡੀ ਨੌਜਵਾਨ ਸਿੱਖ ਨਾਲ ਸਿੱਖ ਕਿ ਨੱਚਣਾ ਮੈਂ ਨੱਚਣਾ ਬਥੇਰਾ ਜਾਣਦੀ ਮੇਰਾ ਖਾਲਸਾ ਨੱਚਣਾ ਦੇਵੇ ਨੱਚਣਾ ਮੈਂ ਨੱਚਣਾ ਬਥੇਰਾ ਜਾਣਦੀ ਸਿੱਖ ਸਰਦਾਰ ਨੌਜਵਾਨ 1 ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਹਾਂਜੀ 100 ਰੁਪਇਆ ਸ਼ਵਿੰਦਰ ਸਿੰਘ ਜੀ ਟਰਾਂਸਪੋਰਟ ਹੇਮਕੁੰਟ ਟਰਾਂਸਪੋਰਟ ਵਾਲੇ 100 ਰੁਪਇਆ ਸਤਨਾਮ ਸਿੰਘ ਨੂੰ ਦਿੰਦੇ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੇਮਕੁੰਟ ਟਰਾਂਸਪੋਰਟ ਵੱਲੋਂ। ਸਾਡੇ ਟਰਾਂਸਪੋਰਟ ਵਾਲੇ ਵੱਡੇ ਮਾਣ ਭੇਜਦੇ ਨੇ
ਅਗਲੀ ਕਬੱਡੀ ਇਸ ਵੇਲੇ ਸਤਨਾਮ ਸਿੱਖ ਸਰਦਾਰ ਨੌਜਵਾਨ ਤਿੰਨਾਂ ਫਿਰਾਂ ਦੀ ਘੁੰਮਦੀ ਹੋਈ ਚੈਨ ਕੇ ਸਾਡਾ ਯਾਰ ਨਕੋਦਰ ਦੇ ਵਿੱਚ ਪੀਰ ਮੁਰਾਦਾਂ ਵਾਲਾ ਦਾਤਾ ਸਾਹਿਬ ਬਡਾਲੀ ਦੇ ਵਿੱਚ ਰੁਤਬਾ ਖਾਸ ਨਿਰਾਲਾ ਕਿ ਚਿੰਤਾ ਭਗਤ ਮਿਟਾਵੇ ਚਿੰਤਾ ਬਾਬਾ ਰੁੜਕੇ ਵਾਲਾ ਕਿ ਮਰ ਜਾਣੇ ਨੂੰ ਮਾਣ ਬਖਸ਼ ਕੇ ਲਾਡੀ ਸ਼ਾਹ ਇਹ ਕਹਿੰਦਾ ਨਿਤਰੇ ਇਸ਼ਕ ਦਾ ਗਿੜਦਾ ਪੈਂਦਾ ਨਿਤਰੇ ਇਸ਼ਕ ਦਾ ਗਿੜਦਾ ਪੈਂਦਾ ਕਬੱਡੀ ਦਾ ਗਿੜਦਾ ਪਵੇਗਾ ਤੇ ਨਾਲ ਹੀ ਤਾੜੀਆਂ ਮਾਰਦੋ ਰਸ਼ਕਵੀਰੋ ਮਨਾਵੇ ਦੀ ਟੀਮ ਜੇਤੂ ਹੈ ਜੀ ਮਨਾਵਾ ਮਨਾਵੇ ਦੀ ਟੀਮ ਜੇਤੂ ਹੈ ਹੈਲੋ ਨਾਲ ਹੀ ਅਗਲੀ ਮਾਈਕ ਤੇ ਗੱਲ ਸੁਰਿੰਦਰ ਚੂੜਚੱਕ ਹਾਂਜੀ ਪਲੀਜ਼ ਜਿਹੜੀ ਓਪਨ ਦੀ ਕੋਈ ਟੀਮ ਪਹੁੰਚੀ ਆ ਨਾ ਸਾਡੇ ਕੋਲ ਇੱਥੇ ਸਟੇਜ ਤੇ ਆਪਦੀ ਟੀਮ ਐਂਟਰ ਕਰਾ ਦੇਵੇ ਓਪਨ ਦੀ ਕੋਈ ਵੀ ਟੀਮ ਪਹੁੰਚੀ ਆ ਹਾਂਜੀ ਮਨਾਵੇ ਦੀ ਟੀਮ ਜੇਤੂ ਕਰਾਰ ਦਿੱਤੀ ਗਿਆ ਉਹਨਾਂ ਨੂੰ ਸਤਨਾਮ ਸਿੰਘ ਜੀ ਆਪਣਾ ਆ ਕੇ ਨਾਮ ਲੈ ਜਾਵੇ ਸਟੇਜ ਤੇ ਆ ਕੇ ਵੀਡੀਓ ਸਾਹਿਬ ਜੇਤੂ ਕਰਾਰ ਨਹੀਂ ਦਿੱਤੀ ਜੇਤੂ ਹੈ ਮੁਕਾਬਲਾ ਮਨਾਵੇ ਦੀ ਟੀਮ ਇਸ ਮੁਕਾਬਲੇ ਚੋਂ ਜਿੱਤ ਚੁੱਕੀ ਹੈ ਆਪਾਂ ਧੰਨਵਾਦ ਕਰਦੇ ਹਾਂ ਨਾਲ ਹੀ ਸਾਡੇ ਜਿਹੜੇ ਮਾਈਕ ਤੋਂ ਸਵਾਵਾਂ ਦਿੰਦੇ ਨੇ ਸਾਰੇ ਹੀ ਵੀਰਾਂ ਦਾ ਧੰਨਵਾਦ ਮਨਦੀਪ ਸਾਡਾ ਵੀਰ ਬਲਵਿੰਦਰ ਸਿੰਘ ਜੀ ਤੇ ਨਾਲ ਹੀ ਅਗਲੀ ਮਾਈਕ ਤੇ ਗੱਲ ਸਾਡਾ ਵੀਰ ਸੁਰਿੰਦਰ ਚੂੜਚੱਕ ਵਾਲਾ ਅੱਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਮਨਾਵਾ ਜਿੱਥੇ ਕਹਿੰਦੇ ਵੀ ਸਿੱਖ ਇਤਿਹਾਸ ਦਾ ਮੁੱਢਲਾ ਨਗਰ ਖੇੜਾ ਏ ਅੱਜ ਕਿਤੇ ਵੀ ਦੂਸਰਾ ਦਿਨ ਕਬੱਡੀ ਕੱਪ ਦਾ ਤੱਕਣ ਨੂੰ ਮਿਲਦਾ ਹੈ ਜਿੱਥੇ ਕਬੱਡੀ 62 ਕਿਲੋ ਵਰਗ ਦੇ ਮੁਕਾਬਲੇ ਕਰਵਾਏ ਜਾਂਦੇ ਹੈ ਉੱਥੇ ਕਬੱਡੀ ਓਪਨ ਦੇ ਮੈਚ ਵੀ ਕਰਵਾਏ ਜਾਣੇ ਜਿੱਥੇ ਵਿੱਚ ਕਬੱਡੀ ਓਪਨ ਦੇ ਬੈਸਟ ਰੇਡਰ ਤੇ ਬੈਸਟ ਜਾਫੀ ਦੇ ਲਈ ਫਰੀਜ਼ਾਂ ਦਿੱਤੀਆਂ ਜਾਣੀਆਂ ਨੇ ਅੱਜ ਠੀਕ 12 ਵਜੇ ਕਬੱਡੀ ਓਪਨ ਦੇ ਮੁਕਾਬਲੇ ਸ਼ੁਰੂ ਕਰਵਾਏ ਦਿੱਤੇ ਜਾਣਗੇ ਆਓ ਜੀ ਸਾਹਮਣੇ ਮੈਚ ਸਟਾਰਟ ਹੋਣ ਜਾ ਰਿਹਾ ਰੌਲੀ ਤੇ ਬਲਖੰਡੀ ਦੇ ਵਿਚਕਾਰ ਜਿਹੜੇ 62 ਕਿਲੋ ਦੇ ਮੈਚ ਹੋ ਰਹੇ ਆ ਅਸੀਂ ਬੈਸਟ ਰੇਡਰ ਤੇ ਬੈਸਟ ਸਟਾਪਰ 62 ਕਿਲੋ ਚ ਵੀ ਲੈਣੇ ਆ ਇਹ ਟੀਮਾਂ ਨੋਟ ਕਰ ਲੈਣੇ ਗੱਲ ਵਾਧੂ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਕਿ ਇੱਕ ਸਾਈਡ ਤੇ ਹੋ ਕੇ ਬਹਿ ਜਾਣ ਜਿੰਨੇ ਵੀ ਵਾਧੂ ਖਿਡਾਰੀ ਫਿਰਦੇ ਨੇ ਹੈਲੋ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪਹੁੰਚੀਆਂ ਅਸੀਂ ਟੀਮਾਂ ਐਂਟਰ ਕਰੀ ਜਾਂਦੇ ਹਾਂ 12 ਵਜੇ ਤੋਂ ਬਾਅਦ ਅਸੀਂ ਕੋਈ ਟੀਮ ਨਹੀਂ ਐਂਟਰ ਕਰਨੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪਹੁੰਚੀਆਂ ਅਸੀਂ ਟੀਮਾਂ ਐਂਟਰ ਕਰੀ ਜਾਂਦੇ ਹਾਂ ਆਪਦੀਆਂ ਟੀਮਾਂ ਐਂਟਰ ਕਰਾ ਲਓ 12 ਵਜੇ ਤੋਂ ਬਾਅਦ ਅਸੀਂ ਕੋਈ ਟੀਮ ਨਹੀਂ ਐਂਟਰ ਕਰਨੀ ਕਬੱਡੀ ਓਪਨ ਦੀਆਂ ਜਿੰਨੀਆਂ ਵੀ ਦੋਨੋਂ ਟੀਮਾਂ ਦੇ ਸਾਰੇ ਪਲੇਅਰ ਸੈਂਟਰ ਲਾਈਨ ਤੇ ਆ ਜਾਣ ਰੌਲੀ ਤੇ ਬਲਖੰਡੀ ਦਾ ਮੈਚ ਸਟਾਰਟ ਹੋਣ ਜਾ ਰਿਹਾ ਖਿਡਾਰੀ ਵੀਰਾਂ ਨੂੰ ਬੇਨਤੀ ਆ ਕਿ ਸੈਂਟਰ ਲਾਈਨ ਤੇ ਆਉਣ ਰੌਲੀ ਤੇ ਬਲਖੰਡੀ ਅਗਲੀਆਂ ਟੀਮਾਂ ਵੀ ਤਿਆਰ ਹਨ ਖੋਸਾ ਕੋਟਲਾ ਤੇ ਚੂੜਚੱਕ
ਹੈਲੋ ਜਿੰਨੇ ਵੀ ਪਦਵੰਤੇ ਸੱਜਣ ਸਾਡੇ ਪਿੰਡੋਂ ਜਾਂ ਬਾਹਰੋਂ ਪਹੁੰਚੇ ਆ, ਅਸੀਂ ਟੂਰਨਾਮੈਂਟ ਕਮੇਟੀ ਵੱਲੋਂ ਅਤੇ ਆਪਣੇ ਨਗਰ ਵੱਲੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਲਓ ਜੀ ਨੋਟ ਕਰ ਲਓ, ਬਲਖੰਡੀ ਦੀ ਟੀਮ ਹੋ ਗਈ ਹੈ ਗੁਰਦੁਆਰੇ ਵਾਲੀ ਸਾਈਡ ਅਤੇ ਖੇਤਾਂ ਵਾਲੀ ਸਾਈਡ ਹੋ ਗਈ ਹੈ ਰੌਲੀ ਦੀ ਟੀਮ। ਲਓ ਸਾਹਮਣੇ ਮੈਚ ਸਟਾਰਟ ਹੋਣ ਜਾ ਰਿਹਾ। ਅੱਜ ਕਹਿੰਦੇ ਵੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਜਿੱਥੇ ਲੱਗੀਆਂ ਹੋਈਆਂ ਰੌਣਕਾਂ ਬਹਾਰਾਂ ਨੇ, ਠੀਕ 12 ਵਜੇ ਕਬੱਡੀ ਓਪਨ ਦੇ ਮੈਚ ਵੀ ਸਟਾਰਟ ਕਰਵਾ ਦਿੱਤੇ ਜਾਣਗੇ। ਚੱਲ ਵੀ ਨੌਜਵਾਨਾਂ ਪਾ ਕਬੱਡੀ। ਲਓ ਸਾਹਮਣੇ ਪਹਿਲੀ ਕਬੱਡੀ ਇਸ ਸਮੇਂ ਬਲਖੰਡੀ ਵੱਲੋਂ। ਜੱਦੀ ਪਿੰਡ ਕਹਿੰਦੇ ਵੀ ਨੱਥੋ ਕੇ ਹੈ, ਜਿੱਥੋਂ ਦੇ ਚੈਣੇ ਵਰਗੇ ਸੋਨੂ ਵਰਗੇ ਕਹਿੰਦੇ ਵੀ ਪ੍ਰਸਿੱਧ ਕਬੱਡੀ ਖਿਡਾਰੀਆਂ ਦਾ ਨਗਰ। ਲਓ ਸਾਹਮਣੇ ਤਾਰਾ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਵੀ ਤਿੰਨ ਜਾਫੀ ਰੌਲੀ ਦੀ ਧਰਤੀ ਨੇ, ਜਿੱਥੋਂ ਦੇ ਪਿੰਡੀ ਵਰਗੇ, ਜਿੱਥੋਂ ਦੇ ਨਿੰਦਰ ਵਰਗੇ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਰਹਿਣ ਬਸੇਰੇ ਕਰ ਗਏ ਨੇ। ਅੱਜ ਬੜੀਆਂ ਰੌਣਕਾਂ ਬਹਾਰਾਂ ਨੇ ਪਿੰਡ ਮਣਾਵੇਂ ਦੀ, ਇਹ ਚਰਨ ਛੋਹ ਪ੍ਰਾਪਤ ਧਰਤੀ ਹੈ, ਅੱਜ ਲੱਗੀਆਂ ਹੋਈਆਂ ਰੌਣਕਾਂ ਬਹਾਰਾਂ। ਚੱਲ ਵੀ ਰੌਲੀ ਵਾਲੇ ਗੱਭਰੂ ਆ ਪਾ ਕਬੱਡੀ, ਕਿ ਬਾਜਾਂ ਵਾਲੇ ਗੁਰੂ ਦੀ ਮੈਂ ਸਿਫਤ ਕਰਾਂ ਕਿਹੜੀ, ਕਿ ਕੀਤੀ ਕੁਰਬਾਨੀ ਬੇਮਿਸਾਲ ਬਾਜਾਂ ਵਾਲੇ ਨੇ। ਹੈਲੋ ਆਪਣੇ ਮੰਦਰ ਸਿੰਘ, ਸਨ ਆਫ ਮੇਜਰ ਸਿੰਘ ਅਮੈਰੀਕਾ ਵਾਲੇ, ਉਹਨਾਂ ਨੇ ਸਾਡੀ ਟੂਰਨਾਮੈਂਟ ਕਮੇਟੀ ਨੂੰ 5000 ਰੁਪਈਆ ਮੰਨੇ ਦਿੱਤਾ। ਇਹ ਮਾੜਾ ਜਿਹਾ ਨੋਟ ਕਰ ਲਾ, ਅਤੇ ਤੂੰ ਵੀ ਇੱਧਰ ਬੋਲ ਦੀ, 5000 ਰੁਪਈਆ ਮੰਦਰ ਅਮੈਰੀਕਾ ਵਾਲੇ ਨੇ, ਸਨ ਆਫ ਮੇਜਰ ਸਿੰਘ, ਬਹੁਤ ਇਹਨਾਂ ਦਾ ਧੰਨਵਾਦ। ਠੀਕ ਆ ਜੀ, ਮੰਦਰ ਸਿੰਘ ਸਨ ਆਫ ਮੇਜਰ ਸਿੰਘ ਜੋ ਕਿ USA ਦੇ ਵਿੱਚ ਰਹਿੰਦੇ ਆ, ਉਹਨਾਂ ਨੇ ਸਾਡੀ ਟੂਰਨਾਮੈਂਟ ਕਮੇਟੀ ਨੂੰ 5000 ਰੁਪਈਏ ਆਪਣੀ ਨੇਕ ਕਮਾਈ ਵਿੱਚੋਂ ਦਿੱਤੇ ਆ। ਅਸੀਂ ਟੂਰਨਾਮੈਂਟ ਕਮੇਟੀ ਵੱਲੋਂ ਅਤੇ ਨਗਰ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਟੂਰਨਾਮੈਂਟ ਕਮੇਟੀ ਨੂੰ ਸਹਿਯੋਗ ਦਿੱਤਾ। ਬਹੁਤ ਵੱਡਾ ਧੰਨਵਾਦ ਹੈ ਦਾਨੀ ਸੱਜਣਾ ਦਾ। ਅੱਜ ਕਹਿੰਦੇ ਵੀ ਪਿੰਡ ਮਣਾਵੇਂ ਦਾ ਪੂਰਾ ਕਬੱਡੀ ਦਾ ਕੱਪ ਪੰਜਾਬ ਲਾਈਵ 1.com ਦੇ ਜ਼ਰੀਏ ਪੂਰੀ ਦੁਨੀਆ ਭਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੱਜ ਇਹ ਕਬੱਡੀ ਦਾ ਲਾਈਵ ਦਿਖਾਇਆ ਜਾਵੇਗਾ। ਸਾਡੇ ਨੀਟੇ ਹੁਣੇ ਹੈਪੀ ਹੁਣੇ ਵੀਰਾਂ ਦੀ ਬਦੌਲਤ, ਗਗਨ ਉਹਨਾਂ ਦੀ ਬਦੌਲਤ, ਇਹ ਪੂਰਾ ਨੈੱਟ ਦੇ ਜ਼ਰੀਏ ਮੁਕਾਬਲਾ ਦਿਖਾਇਆ ਜਾਵੇਗਾ। ਲਓ ਸਾਹਮਣੇ ਰੌਲੀ ਪਿੰਡ ਵਾਲਾ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ, ਤਿੰਨ ਜਾਫੀ ਬਲਖੰਡੀ ਦੀ ਧਰਤੀ ਨੇ। ਲਓ ਸਾਹਮਣੇ ਇਸ ਸਮੇਂ ਗੱਭਰੂ ਢਾ ਕੇ ਹਿੱਕਦੇ ਬਹਿ ਗਿਆ ਤੇ ਪੁਆਇੰਟ ਕਾਮਨ, ਸੇਵਾ ਸਿੰਘ ਜੀ ਮਚਾਕੀ ਮੱਲ ਸਿੰਘ ਵੱਲ ਦੱਸਦੇ ਨੇ ਕਿ ਪੁਆਇੰਟ ਕਾਮਨ ਹੈ। ਚੱਲ ਵੀ ਨੌਜਵਾਨਾਂ ਪਾ ਕਬੱਡੀ। ਲਓ ਸਾਹਮਣੇ ਬਲਜੀਤ ਇੱਕ ਸ਼ੂਸ਼ਕ ਦੀ ਧਰਤੀ ਦਾ ਵੀ ਅੱਜ ਵਿਸ਼ੇਸ਼ ਤੌਰ ਤੇ ਪੁੱਜੇਗਾ। ਲਓ ਸਾਹਮਣੇ ਬਲਜੀਤ ਬਲਖੰਡੀ ਪਿੰਡ ਦਾ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ। ਲਓ ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਤਾਬਾ, ਵੇਖੋ ਕੀ ਬਣਦਾ। ਅਗਲੀਆਂ ਟੀਮਾਂ ਖੋਸਾ ਕੋਲਾ ਤੇ ਚੂੜ ਚੱਕ ਦੀਆਂ ਟੀਮਾਂ ਵੀ ਤਿਆਰ ਹਨ, ਇਹਨਾਂ ਤੋਂ ਬਾਅਦ ਉਹਨਾਂ ਦਾ ਮੈਚ ਹੋਵੇਗਾ। ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜੀਆਂ ਉਹਨਾਂ ਨੂੰ ਬੇਨਤੀ ਹੈ ਕਿ ਠੀਕ ਆਪੋ ਆਪਣੀ ਐਂਟਰੀ ਫੀਸ ਜਮ੍ਹਾਂ ਕਰਵਾ ਦਿਓ, ਠੀਕ 12 ਵਜੇ ਨੂੰ ਕਬੱਡੀ ਓਪਨ ਦੇ ਮੈਚ ਸਟਾਰਟ ਕਰਵਾਏ ਜਾਣਗੇ। ਜਿੱਥੇ ਵੀ ਕਬੱਡੀ ਓਪਨ ਦੀਆਂ ਟੀਮਾਂ ਪੁੱਜੀਆਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪੋ ਆਪਣੀਆਂ ਟੀਮਾਂ ਐਂਟਰ ਕਰਵਾ ਦਿਓ। ਲਓ ਸਾਹਮਣੇ ਜੱਦੀ ਪਿੰਡ ਕਹਿੰਦੇ ਵੀ ਰੌਂਤਾ ਇਸ ਖਿਡਾਰੀ ਦਾ। ਲਓ ਸਾਹਮਣੇ ਇਸ ਸਮੇਂ ਢਾ ਕੇ ਹਿੱਕਦੇ ਬਹਿਣ ਦੀਆਂ ਗੱਲਾਂ ਕਿ ਹਿੱਕ ਵਾਲੇ ਜ਼ੋਰ ਮੂਰੇ ਦੁਨੀਆ ਨਿਆਉਂਦੀ ਹੈ, ਤਾਂ ਹੀ ਤਾਂ ਅਵਤਾਰ ਸਿੰਘ ਵੀ ਰੰਗ ਮਿਹਨਤ ਲਿਆਉਂਦੀ ਹੈ। ਅੱਜ ਕਹਿੰਦੇ ਵੀ ਮਿਹਨਤਾਂ ਮੁਸਾਕਤ ਦੀਆਂ ਗੱਲਾਂ, ਅੱਜ ਕਹਿੰਦੇ ਵੀ ਇਹ ਮਨਾਵੇ ਦੀ ਪਾਵਣ ਤੇ ਪਵਿੱਤਰ ਧਰਤੀ ਹੈ ਕਿ ਗੁਰੂਆਂ ਸਾਨੂੰ ਦਿੱਤਾ ਇਹ ਵਰਦਾਨ ਕਬੱਡੀ ਦਾ, ਕਿ ਪੂਜਣ ਯੋਗ ਹੁੰਦਾ ਏ ਜੰਗ ਮੈਦਾਨ ਕਬੱਡੀ ਦਾ, ਕਿ ਹਰ ਇੱਕ ਮਾਂ ਦੀ ਤਮੰਨਾ ਹੁੰਦੀ ਹੈ ਕਿ ਵੱਡਾ ਹੋ ਕੇ ਮੇਰਾ ਪੁੱਤ ਬਣ ਜੇ ਬਲੀ ਕਪਤਾਨ ਕਬੱਡੀ ਦਾ। ਲਓ ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਧਾਰਾ,
ਆਓ ਸਾਹਮਣੇ ਤਾਰਾ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਕਿ ਫਿਰ ਕੰਧਾਂ ਅੱਗੇ ਥਾਪੀਆਂ ਤੂੰ ਮਾਰਦਾ ਕਿ ਪਤਾ ਲੱਗ ਜੂਗਾ ਤੋਲੇ ਹੋਏ ਭਾਰ ਦਾ ਜਦੋਂ ਟੱਕਰ ਗਿਆ ਕੋਈ ਭੈੜੇ ਪਰਿਵਾਰ ਦਾ ਤੇ ਕਿਤੇ ਵੀ ਨੀ ਜੀ ਲੱਗਦਾ ਕਿ ਘੋੜੀ ਘੋੜੀਆਂ ਚ ਦੇਖ ਲਈ ਭਜਾ ਕੇ ਕਿ ਘਰੇ ਪਤਾ ਕੀ ਲੱਗਦਾ ਲਓ ਸਰਦਾਰ ਸਾਡੇ ਅਮਰਜੀਤ ਸਿੰਘ ਜੀ ਬਲਾਕ ਸੰਗਤੀ ਮੈਂਬਰ ਉਹ ਵੀ ਵਿਸ਼ੇਸ਼ ਤੌਰ ਤੇ ਬੜੇ ਅੱਜ ਖੁਸ਼ ਜਾਪਦੇ ਨੇ ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਇਸ ਸਮੇਂ ਗੱਭਰੂ ਕਬੱਡੀ ਕਬੱਡੀ ਕਰਦਾ ਹੈ ਰੌਲੀ ਦੀ ਧਰਤੀ ਜਿੱਥੋਂ ਦੇ ਹਰਪ੍ਰੀਤ ਬੰਬ ਵਰਗੇ ਜਿੱਥੋਂ ਦਾ ਕਹਿੰਦੇ ਵੀ ਸਿੱਪੀ ਗਿੱਲ ਬੜਾ ਮਸ਼ਹੂਰ ਹੈ ਲਓ ਸਾਹਮਣੇ ਇਸ ਸਮੇਂ ਲੱਗਦਾ ਹੋਇਆ ਜੱਫਾ ਕਿ ਉੜਦੀਆਂ ਨੇ ਧੂੜਾਂ ਵਿਚਰਾਂ ਵਿੱਚ ਮੈਦਾਨਾਂ ਦੇ ਕਿ ਪਰਬਤ ਵਰਗੇ ਜਿਗਰੇ ਇਹਨਾਂ ਸ਼ੇਰ ਜਵਾਨਾਂ ਦੇ ਲਓ ਸਾਹਮਣੇ ਪੁਆਇੰਟ ਇਸ ਸਮੇਂ ਬਲਖੰਡੀ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਖਿਡਾਰੀ ਵੀ ਜਿਹੜੇ ਵਾਧੂ ਖਿਡਾਰੀ ਉਹਨਾਂ ਨੂੰ ਬੇਨਤੀ ਹੈ ਇੱਕ ਸਾਈਡ ਤੋਂ ਅੱਗੇ ਬਹਿ ਜਾਣ ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜੀਆਂ ਉਹਨਾਂ ਨੂੰ ਬੇਨਤੀ ਹੈ ਕਿ ਆਪੋ ਆਪਣੀ ਐਂਟਰੀ ਫੀਸ ਜਮ੍ਹਾਂ ਕਰਵਾ ਦਿਓ ਕਬੱਡੀ ਓਪਨ 60 ਸਾਲੇ ਬਜ਼ੁਰਗਾਂ ਨੂੰ ਬੇਨਤੀ ਕੀਤੀ ਜਾਂਦੀ ਵੀ ਜਿਨ੍ਹਾਂ ਨੇ ਪਾਰਟਿਸਪੇਟ ਕਰਨਾ ਉਹ ਆਪਣੇ ਨਾਂ ਦਰਜ ਕਰਾਉਣ 60 ਸਾਲ ਬਜ਼ੁਰਗ ਸਰਦਾਰ ਸੁੱਚਾ ਸਿੰਘ ਜੀ ਬੈਠੇ ਆ ਵਿਚਾਰ ਕਰ ਲੈਣ ਹੈਲੋ 60 ਸਾਲਾ ਜਿਹੜੇ ਬਜ਼ੁਰਗ ਆ ਉਹ ਆਪਣਾ ਨਾਮ ਸਟੇਜ ਦੇ ਉੱਤੇ ਦਰਜ ਕਰਾ ਦੇਣ ਇਹ ਟੂਰਨਾਮੈਂਟ ਕਮੇਟੀ ਵੱਲੋਂ ਫੈਸਲਾ ਵੀ ਜਿਹੜੇ ਵੀ 60 ਸਾਲ ਬਜ਼ੁਰਗ ਇੱਥੇ ਪਹੁੰਚੇ ਆ ਉਹਨਾਂ ਦੀਆਂ ਦੌੜਾਂ ਕਰਾਉਣੀਆਂ ਸੀ ਤੇ ਵਿਸ਼ੇਸ਼ ਇਨਾਮ ਵੀ ਦੇਣੇ ਆ ਉਹ ਕਿਰਪਾ ਕਰਕੇ ਸਟੇਜ ਤੇ ਸੰਪਰਕ ਕਰਨ 60 ਸਾਲਾਂ ਦੇ ਜਿੰਨੇ ਵੀ ਬਜ਼ੁਰਗ ਪੁੱਜੇ ਉਹਨਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਨਾਮ ਲਿਖਵਾ ਦੇਣ ਹੈਲੋ ਜਿਹੜੇ ਵਾਧੂ ਪਲੇਅਰ ਆ ਪਲੀਜ਼ ਵੇਟਿੰਗ ਰੂਮ ਚ ਆਪਦਾ ਪਹੁੰਚ ਜਾ ਲੋ ਉਹਨਾਂ ਵਾਸਤੇ ਵੇਟਿੰਗ ਰੂਮ ਸਪੈਸ਼ਲ ਬਣਾਇਆ ਹੋਇਆ ਜਿਹੜੀ ਦੂਸਰੀ ਟੀਮ ਆਉਂਦੀ ਆ ਉਹ ਵੇਟਿੰਗ ਰੂਮ ਚ ਬੈਠ ਜਾ ਕਰੋ ਹੈਲੋ ਆ ਜਿੰਨੇ ਮੇਰੇ ਵੀਰ ਗਰਾਊਂਡ ਦੇ ਵਿੱਚ ਰੈਫਰੀਆਂ ਤੋਂ ਬਗੈਰ ਫਿਰਦੇ ਹਨ ਉਹ ਬਾਹਰ ਆ ਜਾਓ ਬਾਈ ਕੁਰਸੀਆਂ ਤੇ ਆ ਕੇ ਬੈਠੋ ਸਟੇਜ ਦੇ ਕੋਲੇ ਜਾਂ ਦਾਲੇ ਵਦਾਲੇ ਕੁਰਸੀਆਂ ਡਾਹੀਆਂ ਆਪਣੇ ਬਹਿਣ ਵਾਸਤੇ ਆ ਰੈਫਰੀ ਤੇ ਪੁਆਇੰਟ ਲਿਖਣ ਵਾਲੇ ਬਸ ਇਹਨਾਂ ਤੋਂ ਬਗੈਰ ਬਾਈ ਜੀ ਹੋਰ ਕੋਈ ਨਾ ਬਾਈ ਖੜੋ ਇਹ ਕੁਰਸੀਆਂ ਤੇ ਆ ਕੇ ਬੈਠੋ ਧੰਨਵਾਦ ਲਓ ਸਾਹਮਣੇ ਇਸ ਸਮੇਂ ਦੱਦੀ ਪਿੰਡ ਨੱਥੋਗੇ ਤਾਰ ਅੱਜ ਕਹਿੰਦੇ ਵੀ ਬਲਖੰਡੀ ਦਾ ਪੁੱਤ ਬਣ ਕੇ ਖੇਡਦਾ ਹੈ ਤੇ ਪੁਆਇੰਟ ਇਸ ਸਮੇਂ ਬਲਖੰਡੀ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਹੈ ਸੰਤ ਬਾਬਾ ਹਰਨਾਮ ਸਿੰਘ ਜੀ ਪਾਤਸ਼ਾਹੀ ਦੀ ਇਹ ਚਰਨ ਛੋ ਪ੍ਰਾਪਤ ਧਰਤੀ ਹੈ ਅੱਜ ਇੱਥੇ ਵੱਡੀਆਂ ਰੌਣਕਾਂ ਬਹਾਰਾਂ ਨੇ ਕਿ ਬੜੀ ਦੂਰੋਂ ਦੂਰੋਂ ਆਏ ਬੈਠੇ ਭੁੱਖੇ ਤੇ ਧਿਆਏ ਕਿਸੇ ਗੱਲ ਹੋਣਾ ਇਹਨਾਂ ਦੇ ਵਿੱਚ ਘਾਟ ਰੜ ਕੇ ਕਿ ਅੱਜ ਬੋਲਦਾ ਕਬੱਡੀ ਦਾ ਜਲੂਣ ਪੰਜਾਬੀਆਂ ਦੇ ਸਿਰ ਚੜ ਕੇ ਅੱਜ ਬੋਲਦਾ ਕਬੱਡੀ ਦਾ ਜਲੂਣ ਪੰਜਾਬੀਆਂ ਦੇ ਸਿਰ ਚੜ ਕੇ ਅਗਲੀਆਂ ਟੀਮਾਂ ਖੋਸਾ ਕੋਟਲਾ ਤੇ ਚੂੜ ਚੱਕ ਦਾ ਮੈਚ ਹੋਵੇਗਾ ਇਹ ਵੀ ਟੀਮਾਂ ਤਿਆਰ ਹਨ ਚੱਲ ਵੀ ਨੌਜਵਾਨਾਂ ਪਾ ਕਬੱਡੀ ਲਓ ਸਾਹਮਣੇ ਤਾਰ ਇਸ ਸਮੇਂ ਅੱਜ ਕਹਿੰਦੇ ਵੀ ਬਲਖੰਡੀ ਦਾ ਪੁੱਤ ਬਣ ਕੇ ਖੇਡਦਾ ਚੱਲ ਵੀ ਦੋ ਤਿੰਨ ਜਾਫੀ ਇਸ ਸਮੇਂ ਰੌਲੀ ਦੀ ਧਰਤੀ ਦੇ ਨੇ ਲਓ ਸਾਹਮਣੇ ਗੱਭਰੂ ਦੇਸ਼ ਮੇਰੇ ਦੇ ਸੋਹਣੇ ਵੀ ਚੌੜੀਆਂ ਹਿੱਕਾਂ ਤੇ ਮਨਮੋਹਣੇ ਆਉਂਦੇ ਵਿੱਚ ਮੈਦਾਨਾਂ ਦੇ ਕਿ ਵੇਖਣ ਵਾਲੇ ਹੁੰਦੇ ਦੋਸਤੋ ਜੌਰ ਜਵਾਨਾਂ ਦੇ ਅੱਜ ਇਹਨਾਂ ਜਵਾਨਾਂ ਦੇ ਜ਼ੋਰ ਪਰਖੇ ਜਾਣੇ ਨੇ ਇਹਨਾਂ ਦੇ ਜੋਸ਼ ਪਰਖੇ ਜਾਣੇ ਨੇ ਲਓ ਸਾਹਮਣੇ ਲੱਗਦਾ ਹੋਇਆ ਜੱਫਾ ਵੇਖੋ ਕੀ ਬਣਦਾ ਸਮੇਂ ਦੀਆਂ ਕੜੀਆਂ ਵੀ ਟਿਕ ਟਿਕ ਕਰਦੀਆਂ ਨੇ ਲਓ ਸਾਹਮਣੇ ਸੁਖਦੇਵ ਦੀਨੇ ਪਿੰਡ ਦਾ ਇਸ ਸਮੇਂ ਕਰਦਾ ਹੋਇਆ ਫੈਸਲਾ ਤੇ ਪੁਆਇੰਟ ਇਸ ਸਮੇਂ ਰੌਲੀ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾ ਕਬੱਡੀ ਵਾਧੂ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਕਿ ਇੱਕ ਸਾਈਡ ਤੋਂ ਅੱਗੇ ਬਹਿ ਜਾਣਾ ਲਓ ਸਾਹਮਣੇ ਇਸ ਸਮੇਂ ਰੌਲੀ ਪਿੰਡ ਦਾ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਕਿ ਮਾੜਾ ਖੇਡ ਕੇ ਹੀ ਹੁੰਦਾ ਸਦਾ ਤਕੜਾ ਤੇ ਸਿੱਧਾ ਨਹੀਂ ਕੋਈ ਤਕੜਾ ਜੰਮਦਾ ਜਿਹੜਾ ਰਾਤੋ ਰਾਤ ਬਾਨੂ ਫਿਰੇ ਸਟਾਰ ਉਹ ਬੰਦਾ ਰਹਿੰਦਾ ਨਹੀਂ ਕਿਸੇ ਕੰਮ ਦਾ ਤੇ ਲੀਲਾ ਵਾਲੀਆ ਮੋਹਣਾ ਗੱਲਾਂ ਸੱਚ ਲਿਖਦਾ ਕਿ ਹੌਲੀ ਹੌਲੀ ਬੰਦਾ ਪੌੜੀ ਚੜ੍ਹਨੀ ਸਿੱਖਦਾ ਲਓ ਸਾਹਮਣੇ ਇਸ ਸਮੇਂ ਕਿ ਧੱਕੇ ਮਾਰ ਕੇ ਬਾਹਰ ਕੱਢਦਾ ਤੇ ਪੁਆਇੰਟ ਇਸ ਸਮੇਂ ਕਹਿੰਦੇ ਵੀ ਬਲਖੰਡੀ ਦੀ ਟੀਮ ਦੇ ਖਾਤੇ ਵਿੱਚ ਇੱਕ ਅੰਕ ਦਾ ਹੋਰ ਵਾਧਾ ਹੁੰਦਾ ਹੋਇਆ ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜੀਆਂ ਉਹਨਾਂ ਨੂੰ ਬੇਨਤੀ ਹੈ ਕਿ ਆਪੋ ਆਪਣੀ ਐਂਟਰੀ ਫੀਸ ਜਮ੍ਹਾਂ ਕਰਵਾ ਦਿਓ ਕਬੱਡੀ ਓਪਨ ਜਿੱਥੇ ਕਹਿੰਦੇ ਵੀ ਬੈਸਟ ਰੇਡਰ ਤੇ ਬੈਸਟ ਜਾਫੀ ਦੇ ਲਈ
ਫਰਿੱਜਾਂ ਦਿੱਤੀਆਂ ਜਾਣੀਆਂ, ਉੱਥੇ ਵਿਸ਼ੇਸ਼ ਮਾਨ ਸਨਮਾਨ ਹੋਣਾ ਬੂਟੇ ਉਮਰੀਆਣੇ ਦਾ। ਸੀਡੀ ਡੀਲੈਕਸ ਮੋਟਰਸਾਈਕਲ ਦੇ ਨਾਲ ਬਲਵਿੰਦਰ ਸਿੰਘ ਜੀ ਵੀਡੀਓ ਸਾਡੇ ਜੱਗੇ ਵੀਰ ਵੱਲੋਂ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ, ਲਓ ਸਾਹਮਣੇ ਕਿ ਪਿੰਡ ਦੇ ਨਿਸ਼ਾਨ ਵੇਖੇ ਸਾਰਾ ਜੱਗ ਬਈ, ਕਿ ਮਾਰ ਮਾਰ ਧੌਲਾ ਕੱਢਣਗੇ ਅੱਗ ਬਈ, ਕਿ ਕੌਣ ਕਿੰਨੇ ਪਾਣੀ ਵਿੱਚ ਅੱਜ ਪਤਾ ਜਾਣਾ ਲੱਗ ਬਈ, ਅੱਜ ਕੌਣ ਕਿੰਨੇ ਕੇ ਪਾਣੀ ਵਿੱਚ ਹੈ, ਅੱਜ ਇਹ ਮਨਾਮੇ ਦੀ ਧਰਤੀ ਤੇ ਪਤਾ ਲੱਗ ਜਾਣਾ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਲਓ ਸਾਹਮਣੇ ਇਸ ਸਮੇਂ ਗੱਭਰੂ ਦਾ ਬੋਲਿਆ ਹੋਇਆ ਤਾਬਾ, ਵੇਖੋ ਕੀ ਬਣਦਾ ਹੈ, ਕੀ ਜੁੜਦਾ ਹੈ, ਰਹਿੰਦਾ ਕਿ ਮੁੱਢਾ ਤਾਣਿਆ ਸੀਨਾ ਤੇ ਪੂੰਝਿਆ ਪਸੀਨਾ। ਆਹ ਕਹਿੰਦੇ ਵੀ ਗੱਭਰੂ ਰੌਂਤੇ ਪਿੰਡ ਦਾ ਇਸ ਸਮੇਂ, ਅੱਜ ਕਹਿੰਦੇ ਵੀ ਬਲਖੰਡੀ ਵਾਲਿਆਂ ਦਾ ਪੁੱਤ ਬਣ ਕੇ ਖੇਡਦਾ। ਲਓ ਸਾਹਮਣੇ ਲਾਉਂਦਾ ਹੋਇਆ ਜਾਪਾ, ਇਹ ਤਾਂ ਕਹਿੰਦੇ ਵੀ ਸੇਵਾ ਸਿੰਘ ਮਚਾਕੀ ਮੱਲ ਸਿੰਘ ਵਾਲੇ ਦੱਸਣਾ ਕਿ ਪੁਆਇੰਟ ਇਸ ਸਮੇਂ ਕਹਿੰਦੇ ਵੀ ਬਲਖੰਡੀ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਹੈਲੋ, ਆ ਜਿਹੜੇ ਮੇਰੇ ਵੀਰ ਗਰਾਊਂਡ ਦੇ ਵਿੱਚ ਰੈਫਰੀਆਂ ਤੇ ਪੁਆਇੰਟ ਲਿਖਣ ਵਾਲੇ ਬੈਠੇ ਆ, ਇਹਨਾਂ ਤੋਂ ਬਗੈਰ ਭਾਈ ਟੀਮ ਵਾਲੇ ਖੇਡਣ ਆਉਂਦੇ ਉਹ ਵੀ ਇੱਧਰ ਆ ਕੇ ਰੂਮ 'ਚ ਬੈਠਿਆ ਕਰੋ, ਆ ਕੇ ਆ ਵੇਟਿੰਗ ਰੂਮ ਬਣਾਇਆ ਖਿਡਾਰੀਆਂ ਦੇ, ਇੱਥੇ ਆ ਕੇ ਬੈਠਿਆ ਕਰੋ। ਬਾਕੀ ਮੇਰੇ ਵੀਰ ਜਿਹੜੇ ਰੈਫਰੀਆਂ ਤੋਂ ਬਗੈਰ ਆ, ਬਾਕੀ ਇੱਥੇ ਆ ਕੇ ਬੈਠੋ ਸਟੇਜ ਕੋਲੇ ਵੀਰ ਜੀ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਲਓ ਸਾਹਮਣੇ ਰੌਲੀ ਪਿੰਡ ਵਾਲਾ ਇਸ ਸਮੇਂ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ। ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਤਾਬਾ, ਕਿ ਕਰਦਾ ਜੋਗੀ ਜੋਗ ਨਹੀਂ ਹੁੰਦਾ, ਕਿ ਬਾਹਰਲਾ ਸਿੱਧ ਖਵਾਉਂਦਾ, ਕਿ ਕਾਮਯਾਬੀਆਂ ਵੇਖ ਜਵਾਨਾਂ ਕਿੱਥੋਂ ਨਾ ਚਮਕਾਉਂਦਾ, ਕਿ ਲੰਘੇ ਆਣੀਆਂ ਜੋਧਿਆ ਜੋਬਾ ਲਾਉਂਦੇ ਥੱਕਦੇ ਨੀ, ਜਦ ਗੁੱਡੀ ਚੜ ਜੇ ਅੰਬਰੀ ਤੇ ਫਿਰ ਇਹੀ ਲੋਕ ਸਲਾਉਂਦੇ ਥੱਕਦੇ ਨੀ, ਜਦ ਗੁੱਡੀ ਚੜ ਜੇ ਅੰਬਰੀ ਤੇ ਫਿਰ ਇਹੀ ਲੋਕ ਸਲਾਉਂਦੇ ਥੱਕਦੇ ਨੀ। ਤੇ ਪੁਆਇੰਟ ਇਸ ਸਮੇਂ ਰੌਲੀ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਲਓ ਸਾਹਮਣੇ ਇਸ ਸਮੇਂ ਤਾਰਾ ਇਸ ਸਮੇਂ ਨੱਥੋ ਕੇ ਪਿੰਡ ਹੈ, ਅੱਜ ਕਹਿੰਦੇ ਵੀ ਬਲਖੰਡੀ ਵਾਲਿਆਂ ਨੇ ਮੰਗਮਾ ਯਾਰ ਉਧਾਰਾ ਲੈ ਆਂਦਾ ਹੈ। ਲਓ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ, ਕਿ ਨਾ ਕੋਈ ਉਹਨਾਂ ਵਰਗਾ ਹੋਇਆ ਤੇ ਨਾ ਕੋਈ ਉਹਦੇ ਵਰਗਾ ਹੋਇਆ, ਕਿ ਜੁਗਾਂ ਜੁਗਾਂ ਤੱਕ ਗੱਲਾਂ ਚੱਲਦੀਆਂ ਰਹਿਣਗੀਆਂ ਉਸ ਡਾਢੇ ਦਰਵੇਸ਼ ਦੀਆਂ, ਕਿ ਕੌਣ ਕਰੂਗਾ ਰੀਸਾਂ ਕਲਗੀ ਧਰ ਦਸ਼ਮੇਸ਼ ਦੀਆਂ, ਕਿ ਕੌਣ ਕਰੂਗਾ ਰੀਸਾਂ ਕਲਗੀ ਧਰ ਦਸ਼ਮੇਸ਼ ਦੀਆਂ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਲਓ ਸਾਹਮਣੇ ਕਹਿੰਦੇ ਵੀ ਸੁੱਖਾਂ ਦੇ ਦੋ ਦੋ ਤਵੀਤ ਬੰਨੇ ਨੇ, ਕਿ ਨਿਰਾ ਬਾਬੇ ਦੇ ਤਵੀਤਾਂ ਤੇ ਨਾ ਰਹੀ ਵੇ ਥੋੜੀ ਬਹੁਤੀ ਹਿੰਮਤ ਕਰੀ। ਲਓ ਸਾਹਮਣੇ ਰੌਲੀ ਪਿੰਡ ਵਾਲਾ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ, ਕਿ ਉੱਡਦੀ ਧੂੜ ਦਿਸੇ ਕਿ ਬੋਤਾ ਵੀਰ ਦਾ ਨਜ਼ਰ ਨਾ ਆਵੇ, ਕਿ ਉੱਡਦੀ ਧੂੜ ਦਿਸੇ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ, ਤੇ ਇਸ ਸਮੇਂ ਸੇਵਾ ਸਿੰਘ ਜੀ ਮਚਾਕੀ ਮੱਲ ਸਿੰਘ ਵਾਲੇ ਨੇ ਫੈਸਲਾ ਦੇਣਾ ਹੈ ਕਿ ਕਿਹੜੀ ਟੀਮ ਦੇ ਖਾਤੇ ਵਿੱਚ ਪੁਆਇੰਟ ਇਸ ਸਮੇਂ ਬਲਖੰਡੀ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਅਗਲੀਆਂ ਟੀਮਾਂ ਵੀ ਤਿਆਰ ਹਨ, ਖੋਸਾ ਕੋਟਲਾ ਤੇ ਚੂੜ ਚੱਕ, ਸਾਡੇ ਰੱਬ ਵਰਗੀਆਂ ਮਹਾਨ ਸ਼ਖਸੀਅਤਾਂ ਸਰਦਾਰ ਜਗਰਾਜ ਸਿੰਘ ਜੀ ਨੰਬਰਦਾਰ ਸਾਹਿਬ, ਪਰਮਜੀਤ ਸਿੰਘ ਜੀ ਸੰਧੂ ਸਾਹਿਬ, ਸਰਦਾਰ ਅਮਰਜੀਤ ਸਿੰਘ ਜੀ ਬਲਾਕ ਸੰਮਤੀ ਮੈਂਬਰ, ਸਰਦਾਰ ਪਰਮਿੰਦਰ ਸਿੰਘ ਜੀ ਸਰਪੰਚ ਸਾਹਿਬ, ਬਲਵਿੰਦਰ ਸਿੰਘ ਜੀ ਬੀਡੀਓ ਸਾਹਿਬ ਪ੍ਰਧਾਨ ਸਾਹਿਬ, ਭਾਈ ਮੰਨੇ ਵਰਗੇ ਹੋਰ ਵੀ ਜਿੰਨੀਆਂ ਪਿੰਡ ਦੀਆਂ ਮਹਾਨ ਸ਼ਖਸੀਅਤਾਂ ਜਾਂ ਆਸੇ ਪਾਸੇ ਗੁਆਂਢੀ ਨਗਰ ਖੇਣਾ ਤੋਂ ਗ੍ਰਾਮ ਪੰਚਾਇਤਾਂ ਬਣੀਆਂ, ਉਹਨਾਂ ਨੂੰ ਬੇਨਤੀ ਆ ਕਿ ਮੰਚ ਤੇ ਕੁਰਸੀਆਂ ਲੱਗੀਆਂ ਹੋਈਆਂ ਨੇ। ਹੈਲੋ, ਹਾਂਜੀ, ਇੱਕ ਮਿੰਟ ਬੇਨਤੀ ਆ ਵੀਰ ਜੀ, ਰੈਫਰੀ ਸਾਹਿਬਾਨ ਦਾ ਜਿਹੜਾ ਫੈਸਲਾ ਉਹ ਅਟਲ ਹੋਊਗਾ, ਕੋਈ ਵੀ ਖਿਡਾਰੀ ਰੈਫਰੀ ਸਾਹਿਬਾਨ ਨਾਲ ਬਹਿਸ ਨਾ ਕਰੇ। ਇਹ ਤੁਹਾਨੂੰ ਵਾਰ ਵਾਰ ਅਨਾਊਂਸ ਕੀਤਾ ਜਾ ਰਿਹਾ ਕਿ ਕੋਈ ਵੀ ਖਿਡਾਰੀ ਬਹਿਸ ਨਾ ਕਰੇ। ਸਾਡੇ ਖਿਡਾਰੀ ਵੀਰਾਂ ਨੂੰ ਬੇਨਤੀ ਆ ਕਿ ਰੈਫਰੀ ਦੇ ਨਾਲ ਕਿਸੇ ਵੀ ਖਿਡਾਰੀ ਨੇ ਕਿੰਤੂ ਪ੍ਰੰਤੂ ਨਹੀਂ ਕਰਨਾ, ਨਹੀਂ ਤਾਂ ਸਾਡੇ ਕਮੇਟੀ ਦਾ ਫੈਸਲਾ ਕਿ ਟੀਮ ਕੱਟ ਦਿੱਤੀ ਜਾਊਗੀ। ਖਿਡਾਰੀ ਵੀ ਨੋਟ ਕਰ ਲਓ, ਭਾਵੇਂ ਪਿੰਡ ਦੀ ਟੀਮ ਹੈ ਭਾਵੇਂ ਬਾਹਰ ਦੀ ਟੀਮ ਹੈ, ਕਿ ਰੈਫਰੀ ਜਾਣ ਬੱਜ ਕੇ ਗਲਤੀ ਨਹੀਂ ਕਰਦਾ, ਗਲਤੀ ਉਹ ਨਹੀਂ ਹੋ ਜੇ ਤਾਂ ਉਹਨੂੰ ਵੀ ਰੋਕ ਦਿੰਦਾ ਹੈ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ, ਵੇਖੋ ਕੀ ਬਣਦਾ ਹੈ, ਤੇ ਸਾਹਮਣੇ ਸਮਾਂ ਦੱਸੇਗਾ। ਤੇ ਪੁਆਇੰਟ ਇਸ ਸਮੇਂ ਰੌਲੀ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਇਸ ਸਮੇਂ ਕਹਿੰਦੇ ਵੀ ਬਲਖੰਡੀ ਤੇ ਰੌਲੀ ਦੇ ਵਿਚਕਾਰ ਹੈ। ਅਗਲੀਆਂ ਟੀਮਾਂ ਖੋਸਾ ਕੋਟਲਾ ਤੇ ਚੂੜ ਚੱਕ ਦੀਆਂ ਟੀਮਾਂ ਵੀ ਤਿਆਰ ਹਨ। ਧੂੜਕੋਟ ਵਾਲਾ ਜਾਫੀ ਤਾਰੀ ਜਿੱਥੇ ਵੀ ਵਾਸ ਹੁੰਦਾ ਹੈ,
ਉਹ ਸਟੇਜ ਕੋਲੇ ਮਿਲਿਆ ਆਪਣੇ ਸਾਥੀਆਂ ਨੂੰ। ਲਓ ਸਾਹਮਣੇ ਤਾਰਾ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਸੀ ਪੁੱਤ ਭਰਾੜਾਂ ਦਾ, ਜਿਹਦਾ ਪਿੰਡ ਸੀ ਬਾਜਾ ਖਾਨਾ, ਅੱਖੀਆਂ ਤੋਂ ਦੂਰ ਗਿਆ। ਹੈਲੋ, ਆ ਜਿਹੜੇ ਮੇਰੇ ਵੀਰ ਗਰਾਊਂਡ ਦੇ ਵਿੱਚ ਰੈਫਰੀਆ ਤੋਂ ਬਗੈਰ ਤੇ ਪੁਆਇੰਟ ਦੇਖਣ ਵਾਲਿਆਂ ਤੋਂ ਬਗੈਰ, ਬਾਕੀ ਇੱਥੇ ਆਓ ਸਟੇਜ ਦੇ ਕੋਲੇ ਆ ਕੇ ਬੈਠੋ। ਕੁਰਸੀਆਂ ਡਾਹੀਆਂ ਯਾਰ, ਆਖੇ ਕਿਉਂ ਨਹੀਂ ਲੱਗਦੇ ਗਏ? ਖਿਡਾਰੀ ਵੀਰ ਤੇ ਕਿੰਨੀਆਂ ਕੁਰਸੀਆਂ ਪਈਆਂ, ਕਮੈਂਟਰ ਸਾਹਿਬ ਬੋਲੋ ਦੋ ਵਾਰੀ ਇਹਨਾਂ ਨੂੰ। ਖਿਡਾਰੀ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਖਿਡਾਰੀ ਵੇਟ ਰੂਮ ਬਣਿਆ ਹੋਇਆ ਉਹਦੇ ਵਿੱਚ ਜਾ ਕੇ ਬੈਠਣ। ਕੋਈ ਵੀ ਟੀਮ ਜੇਕਰ ਗਰਾਊਂਡ ਦੇ ਵਿੱਚ ਆਉਂਦੀ ਹੈ ਤੇ ਉਹਨੂੰ ਟੀਮ ਨੂੰ ਖੇਡਣ ਨਹੀਂ ਦਿੱਤਾ ਜਾਵੇਗਾ। ਸਾਡੇ ਟੂਰਨਾਮੈਂਟ ਕਮੇਟੀ ਦਾ ਫੈਸਲਾ ਹੈ ਕਿ ਉਹ ਵੇਟ ਰੂਮ ਦੇ ਵਿੱਚ ਹੀ ਬੈਠਣ, ਜਾਂ ਜਿਹੜੇ ਵਾਧੂ ਵੀਰ ਫਿਰਦੇ ਉਹਨਾਂ ਨੂੰ ਬੇਨਤੀ ਹੈ ਕਿ ਸਾਈਡ ਤੇ ਮੰਚ ਤੇ ਕੁਰਸੀਆਂ ਲੱਗੀਆਂ ਉੱਥੇ ਜਾ ਕੇ ਬਰਾਜਮਾਨ ਹੋ ਤੇ ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜੀਆਂ ਉਹਨਾਂ ਨੂੰ ਬੇਨਤੀ ਹੈ ਕਿ ਆਪੋ ਆਪਣੀ ਐਂਟਰੀ ਫੀਸ ਜਮ੍ਹਾਂ ਕਰਾਓ ਕਬੱਡੀ ਓਪਨ ਪਿੰਡਵਾਰ। ਲਓ ਸਾਹਮਣੇ ਇਸ ਸਮੇਂ ਤਾਰਾ ਨੱਥੋ ਕੇ ਪਿੰਡ ਦਾ ਕਬੱਡੀ ਕਬੱਡੀ ਕਰਦਾ ਹੋਇਆ ਕਿ ਅਸੀਂ ਪੁੱਤ ਬਰਾੜਾਂ ਦਾ, ਜਿਹਦਾ ਪਿੰਡ ਸੀ ਬਾਜਾ ਖਾਨਾ, ਅੱਖੀਆਂ ਤੋਂ ਦੂਰ ਗਿਆ, ਬਨ ਕੇ ਲਾੜੀ ਮੌਤ ਦਾ ਗਾਨਾ, ਉਹਦੇ ਇੱਕ ਇੱਕ ਨਖਰੇ ਤੇ ਜੱਟ ਲੁੱਡੀਆਂ ਪਾਉਂਦਾ ਸੀ ਕਿ ਮੋਰ ਵੀ ਸ਼ਰਮਾ ਜਾਂਦੇ ਜਦੋਂ ਜੱਟ ਪਹਿਲਾਂ ਪਾਉਂਦਾ ਸੀ। ਚੱਲ ਵੀ ਨੌਜਵਾਨਾਂ ਦੇ ਸਾਹਮਣੇ ਰੌਲੀ ਵਾਲਾ ਗੱਭਰੂ ਇਸ ਸਮੇਂ ਕੀਤਾ ਉਸ ਵਾਹਿਗੁਰੂ ਨੂੰ ਯਾਦ, ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ, ਮਲਖੰਡੀ ਵਾਲਾ ਗੱਭਰੂ ਸਾਹਮਣੇ ਡੱਕਣ ਰੱਖਣ ਦੀਆਂ ਗੱਲਾਂ ਨੇ, ਮੁਕਾਬਲਾ ਬਿਲਕੁਲ ਸਖਤ ਹੈ। ਲਓ ਸਾਹਮਣੇ ਪਿੜਦੇ ਨੇ ਸਾਨ ਵੇਖੇ ਸਾਰਾ ਜੱਗ ਬਈ ਕਿ ਮਾਰ ਮਾਰ ਤੌਲਾਂ ਕੱਢਣਗੇ ਅੱਗ ਬਈ ਕਿ ਕੌਣ ਕਿਨੇ ਪਾਣੀ ਵਿੱਚ, ਅੱਜ ਪਤਾ ਲੱਗ ਜਾਣਾ ਵੀ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ, ਵੇਖੋ ਕੀ ਬਣਦਾ ਤੇ ਪੁਆਇੰਟ ਇਸ ਸਮੇਂ ਹਾਂਜੀ ਬਲਖੰਡੀ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਡਾਕਟਰ ਸ਼ਬੇਕ ਸਿੰਘ ਵੱਲੋਂ 500 ਰੁਪਇਆ ਟੂਰਨਾਮੈਂਟ ਕਮੇਟੀ ਨੂੰ ਸਹਾਇਤਾ ਦਿੱਤੀ ਜਾਂਦੀ ਆ। ਡਾਕਟਰ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ, ਡਾਕਟਰ ਸ਼ਬੇਕ ਸਿੰਘ ਜੀ। ਤੇ ਆ ਮੇਰੇ ਵੀਰ ਜਿਹੜੇ ਖਿਡਾਰੀ ਹੈ, ਗੱਲ ਕਿਉਂ ਨਹੀਂ ਸੁਣਦੇ ਕਿ ਵੇਟਿੰਗ ਰੂਮ ਦੇ ਵਿੱਚ ਕਿਉਂ ਨਹੀਂ ਆ ਕੇ ਬੈਠਦੇ? ਖਿਡਾਰੀ ਵੀਰਾਂ ਨੂੰ ਬੇਨਤੀ ਆ ਕਿ ਵੇਟਿੰਗ ਰੂਮ 'ਚ ਬਹਿ ਜਾਓ, ਫਿਰ ਨਾ ਕੋਈ ਸਾਡੀ ਟੀਮ ਕਰਦੀ ਕਿਸੇ ਨੇ, ਹੱਥ ਜੋੜ ਕੇ ਬੇਨਤੀ ਹੈ, ਸਾਡੀ ਟੂਰਨਾਮੈਂਟ ਕਮੇਟੀ ਦਾ ਫੈਸਲਾ ਹੈ। ਫਿਰ ਬਾਈ ਜੀ, ਹੈਲੋ, ਫਿਰ ਬਾਈ ਜੀ ਇਹਨਾਂ ਨੂੰ ਸਖਤੀ ਨਾਲ ਕਿਹਾ ਜਾਊਗਾ, ਫਿਰ ਇਹ ਗੁੱਸਾ ਕਰਨਗੇ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ, ਵੇਖੋ ਕੀ ਬਣਦਾ, ਵੇਖੋ ਕੀ ਜੁੜਦਾ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਤੇ ਪੁਆਇੰਟ ਇਸ ਸਮੇਂ ਬਲਖੰਡੀ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾ ਕਬੱਡੀ। ਲਓ ਸਾਹਮਣੇ ਰੌਲੀ ਪਿੰਡ ਦਾ ਜਿੱਥੋਂ ਦੇ ਕਹਿੰਦੇ ਵੀ ਪਿੰਡੀ ਵਰਗੇ, ਨਿੰਦਰ ਵਰਗੇ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ। ਲਓ ਸਾਹਮਣੇ ਇਸ ਸਮੇਂ ਰੌਲੀ ਪਿੰਡ ਵਾਲਾ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ। ਲਓ ਸਾਹਮਣੇ ਇਸ ਸਮੇਂ ਚੱਲਦਾ ਹੋਇਆ ਮੁਕਾਬਲਾ ਤੇ ਪੁਆਇੰਟ ਇਸ ਸਮੇਂ ਬਲਖੰਡੀ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨੇ ਇਸ ਸਮੇਂ ਗੁਰਜੀਤ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ। ਚੱਲ ਵੀ ਨੌਜਵਾਨਾਂ ਪਾ ਕਬੱਡੀ। ਲਓ ਸਾਹਮਣੇ ਇੱਕ ਛੂਛਕ ਪਿੰਡ ਦਾ ਬਲਜੀਤ ਬੜਾ ਮਸ਼ਹੂਰ ਹੈ, ਅੱਜ ਕਹਿੰਦੇ ਵੀ ਵਿਸ਼ੇਸ਼ ਤੌਰ ਤੇ ਸੁੱਖਾ ਛੂਛਕ ਵਾਲਾ ਵੀ ਇਸੇ ਹੀ ਪਿੰਡ ਦੇ ਵਿੱਚ ਕਹਿੰਦੇ ਵੀ ਜੰਮਿਆ ਜਾਇਆ, ਭਾਵੇਂ ਸੁੱਖ ਦੇ ਵਿੱਚ ਰਹਿਣ ਬਸੇਰੇ ਕਰ ਲੈ, ਕੈਨੇਡਾ ਦੀ ਧਰਤੀ ਤੇ ਵੀ ਬੜਾ ਤਕੜਾ ਖੇਡਿਆ। ਪਿਛਲੇ ਸਾਲ ਕਹਿੰਦੇ ਵੀ ਹੇਮਕੁੰਡ ਟਰਾਂਸਪੋਰਟ ਵਾਲੇ ਵੱਲੋਂ ਬੋਟ ਦਾ ਵਿਸ਼ੇਸ਼ ਮਾਣ ਸਨਮਾਨ ਹੋਇਆ। ਲਓ ਸਾਹਮਣੇ ਉਹ ਵੀ ਗੱਭਰੂ ਅੱਜ ਵਿਸ਼ੇਸ਼ ਤੌਰ ਤੇ ਆਪਣੀ ਟੀਮ ਲੈ ਕੇ ਪੁੱਜੇਗਾ। ਬਹੁਤ ਬਹੁਤ ਧੰਨਵਾਦ ਹੈ ਜਿੰਨੀ ਕਬੱਡੀ ਓਪਨ ਦੀਆਂ ਟੀਮਾਂ ਪੁੱਜੀਆਂ, ਉਹਨਾਂ ਨੂੰ ਬੇਨਤੀ ਹੈ ਕਿ ਆਪੋ ਆਪਣੀ ਐਂਟਰੀ ਫੀਸ ਜਮ੍ਹਾਂ ਕਰਵਾਓ ਕਬੱਡੀ ਓਪਨ। ਚੱਲ ਵੀ ਨੌਜਵਾਨਾਂ ਪਾ ਕਬੱਡੀ। ਖਿਡਾਰੀ ਵੀਰਾਂ ਨੂੰ ਬੇਨਤੀ ਹੈ ਕਿ ਇੱਕ ਸਾਈਡ ਦੇ ਅੱਗੇ ਬਹਿ ਜਾਣ, ਖਿਡਾਰੀ ਵੀਰ ਕਿਉਂ ਨਹੀਂ ਸੁਣਦੇ? ਲਓ ਸਾਹਮਣੇ ਇਸ ਸਮੇਂ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ, ਭਰੀਆਂ ਨੇ ਬਗਲਾ। ਲਓ ਸਾਹਮਣੇ ਧੱਕੇ ਮਾਰ ਕੇ ਇਸ ਸਮੇਂ ਬਾਹਰ ਕਰਦਾ ਤੇ ਪੁਆਇੰਟ ਇਸ ਸਮੇਂ ਬਲਖੰਡੀ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾ ਕਬੱਡੀ। ਅੱਜ ਕਹਿੰਦੇ ਵੀ ਸਾਡੇ ਵਿਸ਼ੇਸ਼ ਅੱਜ ਮਾਣ ਸਨਮਾਨ ਹੋਣੇ ਨੇ,
ਪਿੰਦਰੀ ਬੱਧਰੀ ਵਾਲੇ ਕਬੱਡੀ ਖਿਡਾਰੀ ਦਾ ਅੱਜ ਕਹਿੰਦੇ ਵੀ 5 ਫੁੱਟੇ ਕੱਪ ਦੇ ਨਾਲ ਵਿਸ਼ੇਸ਼ ਮਾਨ ਸਨਮਾਨ ਵੀ ਹੋਣਾ। ਲਓ ਸਾਹਮਣੇ ਅਸਮੇ ਗੱਭਰੂ ਦੇਸ਼ ਮੇਰੇ ਦੇ ਸੋਹਣੇ ਵੀ ਚੌੜੀਆਂ ਹਿੱਕਾਂ ਤੇ ਮਨਵਾਉਣੇ ਜਦ ਆਉਂਦੇ ਵਿੱਚ ਮੈਦਾਨਾਂ ਦੇ ਕਿ ਵੇਖਣ ਵਾਲੇ ਹੁੰਦੇ ਦੋਸਤੋ ਜੌਰ ਜਵਾਨਾਂ ਦੇ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਤੇ ਪੁਆਇੰਟ ਇਸ ਸਮੇਂ ਰੌਲੀ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਹੈਲੋ, ਹਾਂਜੀ ਅੰਕਲ ਗੁਰਚਰਨ ਸਿੰਘ ਜੀ ਸਾਡੇ ਇੱਥੇ ਟੂਰਨਾਮੈਂਟ ਵਿੱਚ ਪਹੁੰਚੇ ਆ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਸਾਡੀ ਟੂਰਨਾਮੈਂਟ ਕਮੇਟੀ ਵੱਲੋਂ, ਪਲੀਜ਼ ਉਹ ਸਟੇਜ ਤੇ ਬਿਰਾਜਮਾਨ ਹੋਣ। ਹੈਲੋ, ਆ ਸਾਡੇ ਵੀਰ ਜੱਗਾ ਤੇ ਬਿੱਟੂ ਮੈਡੀਕਲ, ਜੱਗਾ ਤੇ ਬਿੱਟੂ ਇਹ ਵੇਟਿੰਗ ਰੂਮ ਦੇ ਵਿੱਚ ਖਿਡਾਰੀਆਂ ਦੇ ਕੋਲੇ ਉਹਨਾਂ ਨੂੰ ਬਿਠਾਉਣ ਦੀ ਕਿਰਪਾ ਕਰਨਗੇ। ਉਹਨਾਂ ਕੋਲੇ ਖਿਡਾਰੀ ਬੈਠਿਆ ਕਰਨ ਜਾ ਕੇ, ਨਾਲੇ ਜੋ ਵੀ ਉਹਨਾਂ ਨੇ ਆਹ ਮੂੰਹ ਚਕਨਾਈ ਵਾਲੀ ਮੂੰਹ ਮਾਪ ਲਾਉਣੀ ਆ ਉਹ ਇੱਥੇ ਬਿੱਟੂ ਤੇ ਡਾਕਟਰ ਜੱਗਾ ਵੇਟਿੰਗ ਰੂਮ ਦੇ ਵਿੱਚ ਖਿਡਾਰੀ ਆ ਕੇ ਬੈਂਟਰ ਦੇ ਉੱਥੇ ਲੈਣ ਆ ਕੇ। ਸਾਡੇ ਦਿਨਾਂ ਜੋ ਸਾਡੇ ਮਹਾਨ ਸ਼ਖਸੀਅਤਾਂ ਵੀ ਪੁੱਜੀਆਂ ਨੇ, ਮਨਜੀਤ ਸਿੰਘ ਜੀ ਚੇਅਰਮੈਨ ਸਾਹਿਬ, ਮਨਜੀਤ ਸਿੰਘ ਜੀ ਫੌਜੀ ਸਾਹਿਬ, ਸੁਖਚੈਨ ਸਿੰਘ ਜੀ, ਗੁਰਜਾਟ ਸਿੰਘ ਜੀ, ਬਾਈ ਵਿੱਕੀ, ਕੁਲਵਿੰਦਰ ਸਿੰਘ ਜੀ ਤਲਵੰਡੀ ਵਾਲੇ, ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਨੇ। ਉਹਨਾਂ ਦਾ ਵੀਰਾਂ ਦਾ ਵੀ ਇੱਥੇ ਪੁੱਜਣ ਤੇ ਬਹੁਤ ਬਹੁਤ ਧੰਨਵਾਦ ਹੈ। ਸਾਡੇ ਇਸ ਟੂਰਨਾਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਇਸੇ ਨਾਲ ਜੀ ਮੈਚ ਸਮਾਪਤ। ਬਾਈ ਜੀ ਕਿਹੜੀ ਟੀਮ ਜੇਤੂ ਹੈ ਜੀ, ਦੱਸੋ ਜੀ। ਬਲਖੰਡੀ ਦੀ ਟੀਮ ਜੇਤੂ ਹੈ ਜੀ ਇਸ ਮੈਚ ਦੇ, ਜੋ ਬਾਈ ਜੀ ਨੋਟ ਕਰ ਲਓ, ਮੰਨੇ ਵੀਰ ਬਲਖੰਡੀ ਦੀ ਟੀਮ ਜੇਤੂ ਹੈ। ਓਕੇ ਜੀ, ਕਰ ਲਿਆ। ਆਓ ਜੀ ਖੋਸਾ ਕੋਟਲਾ ਤੇ ਝੂੜ ਚੱਕ, ਖੋਸਾ ਕੋਟਲਾ ਤੇ ਝੂੜ ਚੱਕ ਦੀਆਂ ਟੀਮਾਂ ਆਉਣ ਸੈਂਟਰ ਲੈਣ ਤੇ, ਖੋਸਾ ਕੋਟਲਾ ਤੇ ਝੂੜ ਚੱਕ। ਅਸੀਂ ਦੁਬਾਰਾ ਫੇਰ ਅਨਾਉਂਸ ਕਰਦੇ ਹਾਂ ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜੀਆਂ, ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਆਪੋ ਆਪਣੀ ਐਂਟਰੀ ਫੀ ਜਮ੍ਹਾਂ ਕਰਵਾਓ ਕਬੱਡੀ ਓਪਨ ਪਿੰਡਵਾਰ। ਹੈਲੋ, ਆ ਬੇਨਤੀ ਕੀਤੀ ਜਾਂਦੀ ਆ ਜੋ ਕਿ ਬਾਹਰੋਂ ਆਏ ਸਰਪੰਚ, ਬਲਾਕ ਸ਼ਾਂਤੀ ਮੈਂਬਰ ਅਤੇ ਹੋਰ ਅਹੁਦੇਦਾਰ ਆ, ਉਹ ਸਟੇਜ 'ਤੇ ਆ ਕੇ ਬੈਠਣ ਜੀ। ਜੋ ਵੀ ਬਾਹਰੋਂ ਆਏ ਆ, ਬਾਹਰੋਂ ਆਏ ਮੇਰੇ ਵੀਰ ਸਰਪੰਚ, ਬਲਾਕ ਸ਼ਾਂਤੀ ਮੈਂਬਰ ਅਤੇ ਹੋਰ ਅਹੁਦੇਦਾਰ ਆ, ਉਹ ਸਟੇਜ 'ਤੇ ਆ ਕੇ ਬੈਠਣ ਦੀ ਕਿਰਪਾਲਤਾ ਕਰਨ ਜੀ, ਰੌਣਕ ਨੂੰ ਵਧਾਉਣ। ਮੀਪੇ ਵੀਰੇ ਤੂੰ ਵੀ ਇੱਥੇ ਰਹਿਣਾ। ਲਓ ਬਾਈ ਜੀ ਨੋਟ ਕਰ ਲਓ, ਮਨਜੀਤ ਸਿੰਘ ਜੀ ਜਿਹੜੀ ਹੈਲੋ ਬਾਈ, ਕੇਬਲ ਵਾਲਿਆਂ ਨੂੰ ਕਮੇਟੀ ਵੱਲੋਂ ਬਹੁਤ ਜ਼ੋਰਦਾਰ ਅਪੀਲ ਕੀਤੀ ਜਾਂਦੀ ਆ ਕਿ ਕੇਬਲ ਸਹੀ ਤਰ੍ਹਾਂ ਚਲਾਓ, ਕੇਬਲ ਦਾ ਬਹੁਤ ਅਲਾਂਭੇ ਆ ਰਿਹਾ ਆ, ਚੰਗੀ ਠੀਕ ਨਹੀਂ ਆ ਰਹੀ, ਧੁੰਦਲੀ ਆ ਰਹੀ ਆ, ਨਾ ਕੋਈ ਆਵਾਜ਼ ਨਾ ਹੋਰ ਕੁਛ ਨਹੀਂ ਆ ਰਿਹਾ। ਵੀਰ ਮੇਰਿਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਆ ਵਾਰ ਵਾਰ, ਕੱਲ੍ਹ ਦੀ ਵੀ ਇਹ 2-3 ਵਾਰ ਬੇਨਤੀਆਂ ਕੀਤੀਆਂ ਪਰ ਮਨਜ਼ੂਰ ਨਹੀਂ ਕੀਤੀਆਂ ਇਹਨਾਂ ਨੇ। ਲਓ ਜੀ ਚੂੜ ਚੱਕ ਦੀ ਟੀਮ ਹੋ ਗਈ ਹੈ ਖੇਤਾਂ ਵਾਲੀ ਸਾਈਡ ਤੇ ਗੁਰਦੁਆਰੇ ਵਾਲੀ ਸਾਈਡ ਹੋ ਗਈ ਹੈ ਖੋਸਾ ਕੋਟਲਾ। ਹਾਂਜੀ ਹੈਲੋ ਬਾਈ ਜੀ, ਓਪਨ ਟੀਮਾਂ ਕਿੰਨੀਆਂ ਐਂਟਰ ਹੋਈਆਂ ਆਈਆਂ? ਸਾਡਾ ਵੀਰ ਕੁਲਜੀਤ ਸਿੰਘ ਜੀ ਪ੍ਰਧਾਨ ਕਹਿਲਗਿਰੀ ਕੈਨੇਡਾ ਵਿੱਚ ਰਹਿੰਦਾ ਹੈ, ਇਸ ਟੂਰਨਾਮੈਂਟ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਇਸ ਪਿੰਡ ਵਾਲੇ ਸੱਜਣਾ ਨੂੰ ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕੀਤੇ, ਇਸ ਟੂਰਨਾਮੈਂਟ ਨੂੰ ਨੇਤਰੇ ਚਾੜੇ ਸਾਡੇ ਨਾਲ, ਉਹ ਵੀ ਨਿੱਟ ਤੇ ਜੁੜੇ ਹੋਏ ਨੇ। ਬਹੁਤ ਬਹੁਤ ਧੰਨਵਾਦ ਹੈ ਸਾਡਾ ਬਾਈ ਕੁਲਜੀਤ ਸਿੰਘ ਜੀ, ਕਹਿਲਗਿਰੀ ਕੈਨੇਡਾ ਵਿੱਚ ਰਹਿੰਦਾ ਹੈ ਪ੍ਰਧਾਨ ਸਾਹਿਬ ਨੇ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਇਸ ਸਮੇਂ
ਚੂੜ ਚੱਕ ਪਿੰਡ ਵਾਲਾ ਸੋਨੀਆ ਸਮੇਂ ਜੱਫਾ ਲਾਉਣ ਦੇ ਵਿੱਚ ਬੋਰੀ ਹੋ ਚੁੱਕਿਆ ਹੈ। ਚੱਲ ਵੀ ਨੌਜਵਾਨਾਂ ਪਾ ਕਬੱਡੀ ਲਓ ਸਾਹਮਣੇ ਇਸ ਸਮੇਂ ਅੱਜ ਕਹਿੰਦੇ ਵੀ ਸਰਦਾਰ ਜਲੰਧਰ ਸਿੰਘ ਜੀ ਸਿੱਧੂ ਪੰਜ ਗਰਾਈ ਵਾਲੇ, ਸਰਦਾਰ ਮੇਜਰ ਭਲੂਰ ਜੀ ਅੱਜ ਦਵਿੰਦਰ ਸਿੰਘ ਜੀ ਤਾਨਾ ਵੈਰੋਗਿਆਂ ਵਾਲੇ, ਸੋਨੀ ਸਵੱਦੀ ਵਾਲਾ ਸੋਨੀ ਦੁੱਧ ਵਾਲਾ ਵਿਸ਼ੇਸ਼ ਤੌਰ ਤੇ ਨਿੱਟ ਤੇ ਜੁੜੇ ਨੇ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਇਸ ਸਮੇਂ ਧੱਲੇ ਕੇ ਪਿੰਡ ਇਸ ਖਿਡਾਰੀ ਦਾ, ਅੱਜ ਕਹਿੰਦੇ ਵੀ ਚੂੜ ਚੱਕ ਦਾ ਪੁੱਤ ਬਣ ਕੇ ਖੇਡਦਾ ਤੇ ਪੁਆਇੰਟ ਇਸ ਸਮੇਂ ਚੂੜ ਚੱਕ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਖੋਸੇ ਕੋਟਲੇ ਵਾਲੇ ਨੇ ਕਹਿੰਦੇ ਵੀ ਸਾਡੇ ਨਿਰਭਰ ਸਿੰਘ ਜੀ ਪ੍ਰਧਾਨ ਕਲੇਰ ਸਾਹਿਬ ਨੇ ਪਿਛਲੇ ਦਿਨੀ ਵਧੀਆ ਕਬੱਡੀ ਦਾ ਕੱਪ ਕਰਵਾਇਆ ਆਪਣੇ ਨਗਰ ਦੇ ਵਿੱਚ। ਲਓ ਸਾਹਮਣੇ ਖੋਸੇ ਕੋਟਲੇ ਪਿੰਡ ਦਾ ਤੇਜੀ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ। ਚਾਰ ਜਾਫੀ ਚੂੜ ਚੱਕ ਦੀ ਧਰਤੀ ਦੇ ਨੇ। 23 ਤੇ 24 ਤਰੀਕ ਨੂੰ ਸਾਡੇ ਗੁਰਜਾਨ ਸਿੰਘ ਜੀ ਡਾਕਟਰ ਸਾਹਿਬ ਪ੍ਰਧਾਨ ਨੇ ਚੂੜ ਚੱਕ ਦੇ ਟੂਰਨਾਮੈਂਟ ਦੇ ਸੱਦੇ ਦਿੰਦੇ ਨੇ ਕਿ 24 ਤੇ 23 ਤੇ 24 ਤਰੀਕ ਨੂੰ ਚੂੜ ਚੱਕ ਦੀ ਧਰਤੀ ਤੇ ਵੀ ਕਬੱਡੀ ਦਾ ਕੱਪ ਕਰਵਾਇਆ ਜਾਣਾ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ, ਵੇਖੋ ਕੀ ਬਣਦਾ, ਕੀ ਜੁੜਦਾ। ਇਸ ਸਮੇਂ ਮੁਕਾਬਲਾ ਬੜਾ ਸਖਤ ਹੈ, ਇਹ ਤਾਂ ਸਮਾਂ ਦੱਸੇਗਾ ਕਿ ਪੁਆਇੰਟ ਇਸ ਸਮੇਂ ਚੂੜ ਚੱਕ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਕਬੱਡੀ ਓਪਨ ਦੀਆਂ ਟੀਮਾਂ ਨੂੰ ਬੇਨਤੀ ਹੈ ਕਿ ਆਪੋ ਆਪਣੀ ਐਂਟਰੀ ਵੀ ਜਮ੍ਹਾਂ ਕਰਵਾ ਦਿਓ। ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜੀਆਂ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪੋ ਆਪਣੀ ਐਂਟਰੀ ਵੀ ਜਮ੍ਹਾਂ ਕਰਵਾ ਦਿਓ। ਲਓ ਸਾਹਮਣੇ ਇਸ ਸਮੇਂ ਜੱਦੀ ਪਿੰਡ ਧੱਲੇ ਕੇ ਕਹਿੰਦੇ ਵੀ ਜੌਹਰ ਪਲਵਾਰ ਦਾ ਅਨਮੋਲ ਹੀਰਾ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ। ਲਓ ਖੋਸੇ ਕੋਟਲੇ ਪਿੰਡ ਵਾਲਾ ਜਿੱਥੋਂ ਦੇ ਨਿਰਭੈ ਵਰ ਕੇ ਕਹਿੰਦੇ ਵੀ 2010 ਦੇ ਵਿੱਚ ਕਹਿੰਦੇ ਵੀ ਕੈਨੇਡਾ ਦੀ ਧਰਤੀ ਤੇ ਬੱਲੇ ਬੱਲੇ ਕਰਵਾਈ ਤੇ ਮੇਜਰ ਭਲੂਰ ਨੇ ਕਹਿੰਦੇ ਵੀ ਬੋਲਟ ਦਿੱਤਾ ਲੰਡੇ ਕਹਿੰਦੇ ਕਬੱਡੀ ਕੱਪ ਤੇ। ਉਸ ਪਿੰਡ ਦੀ ਇਹ ਟੀਮ ਹੈ। ਚੱਲ ਵੀ ਨੌਜਵਾਨਾਂ ਪਾ ਕਬੱਡੀ। ਲਓ ਸਾਹਮਣੇ ਰਣਜੀਤ ਇਸ ਸਮੇਂ ਖੋਸੇ ਕੋਟਲੇ ਪਿੰਡ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਕਿ ਗਿੱਦੜੀ ਜਨਮ ਦਿੰਦੀ ਹੈ ਗਿੱਦੜਾਂ ਨੂੰ ਕਿ ਸ਼ੇਰ ਨਹੀਂ ਕਰ ਸਕਦੀ ਹੈ ਛੇਰ ਪੈਦਾ। ਜਿਹੜੀ ਜ਼ਮੀਨ ਦੇ ਵਿੱਚ ਹੋਵੇ ਗਿੱਲ ਪੂਰੀ ਹੁੰਦੀ ਉਹਦੇ ਵਿੱਚ ਫਸਲ ਹੈ ਢੇਰ ਪੈਦਾ। ਵੀ ਜਿਹੜੇ ਮਾਪਿਆਂ ਨੇ ਕੀਤੀ ਹੋਵੇ ਤਪੱਸਿਆ ਤੇ ਉਹਨਾਂ ਦੇ ਘਰ ਹੁੰਦਾ ਏ ਪੁੱਤ ਪਲੇਅਰ ਪੈਦਾ। ਲਓ ਸਾਹਮਣੇ ਖੋਸੇ ਕੋਟਲੇ ਦੇ ਸਮੇਂ ਚੂੜ ਚੱਕ ਦਾ ਚੱਲਦਾ ਹੋਇਆ ਮੁਕਾਬਲਾ। ਕੱਲ ਨੂੰ 8 ਤਰੀਕ ਹੋਵੇਗੀ ਉਮਰੀਆਣੇ ਦੇ ਖੇਡ ਕਬੱਡੀ ਕੱਪ ਦੀ, ਜਿੱਥੇ ਕਹਿੰਦੇ ਵੀ ਨਾਮਵਰ ਕਬੱਡੀ ਦੀਆਂ ਟੀਮਾਂ ਪਹੁੰਚ ਰਹੀਆਂ ਨੇ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਵੇਖੋ ਤੇ ਤਾਂ ਸਮਾਂ ਦੱਸੇਗਾ ਤੇ ਪੁਆਇੰਟ ਇਸ ਸਮੇਂ ਖੋਸੇ ਕੋਟਲੇ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਹੈਲੋ ਪਲੀਜ਼। ਹਾਂਜੀ ਬਾਈ ਜੀ ਇੰਦਰਜੀਤ ਸਿੰਘ ਕੈਨੇਡਾ ਸਾਡੇ ਨਾਲ ਨੈੱਟ ਤੇ ਜੁੜ ਚੁੱਕੇ ਆ। ਅਸੀਂ ਉਹਨਾਂ ਦਾ ਟੂਰਨਾਮੈਂਟ ਕਮੇਟੀ ਵੱਲੋਂ ਤੇ ਪਿੰਡ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਬਾਈ ਇੰਦਰਜੀਤ ਸਿੰਘ ਕੈਨੇਡਾ। ਬਾਈ ਇੰਦਰਜੀਤ ਸਿੰਘ ਜੀ ਕੈਨੇਡਾ ਵਾਲੇ ਉਹ ਵੀ ਸਾਡੇ ਦਰਮਿਆਨ ਨੈੱਟ ਤੇ ਜੁੜੇ ਹੋਏ ਨੇ, ਅੱਜ ਆਪਣੇ ਪਿੰਡ ਦਾ ਕਬੱਡੀ ਦਾ ਕੱਪ ਤੱਕ ਰਹੇ ਨੇ, ਬਹੁਤ ਬਹੁਤ ਧੰਨਵਾਦ ਹੈ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਵੇਖੋ ਕੀ ਬਣਦਾ ਹੈ। ਸੁਖਦੇਵ ਦੀਨੀ ਪਿੰਡ ਦਾ ਸਕ ਡਬਲ ਟੱਚ ਦਾ ਲਾਹਾ ਤੇ ਪੁਆਇੰਟ ਇਸ ਸਮੇਂ ਖੋਸੇ ਕੋਟਲੇ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾ ਕਬੱਡੀ। ਲਓ ਸਾਹਮਣੇ ਧੱਲੇ ਕੇ ਪਿੰਡ ਵਾਲਾ ਗੱਭਰੂ ਇਸ ਸਮੇਂ ਅੱਜ ਕਹਿੰਦੇ ਵੀ ਚੂੜ ਚੱਕ ਦਾ ਪੁੱਤ ਬਣ ਕੇ ਖੇਡਦਾ। ਲਓ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ। ਲਓ ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਤਾਬਾ ਕਿ ਬਰ ਜਾਣੇ ਆ ਮਾਨਾ ਬੇ ਕਿ ਸਿੱਖ ਦੀ ਸਿੱਖੀ ਬੜੀ ਨਿਆਰੀ ਕਿ ਸਿਰ ਕੱਟਦਾ ਕੱਟ ਜਾਵੇ ਕਿ ਸਿੱਖ ਦੀ ਕਾਇਮ ਰਹੇ ਸਰਦਾਰੀ ਕਿ ਦੁਨੀਆਂ ਦੇ ਨਕਸ਼ੇ ਤੇ ਵੱਖਰਾ ਸਿੰਘ ਦਿਸੂਗਾ ਤੇਰਾ। ਸਰਬੰਸ ਦਾਨੀਆਂ ਬੇ ਦੇਣਾ ਕੌਣ ਦੇਊਗਾ ਤੇਰਾ। ਸਰਬੰਸ ਦਾਨੀਆਂ ਬੇ ਦੇਣਾ ਕੌਣ ਦੇਊਗਾ ਤੇਰਾ। ਤੇ ਪੁਆਇੰਟ ਇਸ ਸਮੇਂ ਖੋਸੇ ਕੋਟਲੇ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾ ਕਬੱਡੀ। ਬਾਈ ਜੀ ਅਗਲੀਆਂ ਟੀਮਾਂ ਦੀਆਂ ਟਾਈਆਂ ਕੱਢ ਦਿੱਤੀਆਂ ਜਾਣ ਜੀ। ਬਾਈ ਮੰਨੇ ਅਗਲੀਆਂ ਟੀਮਾਂ ਦੀਆਂ ਟਾਈਆਂ ਬਾ ਕੱਢ ਦਿੰਦੇ। ਕਬੱਡੀ ਓਪਨ ਦੀਆਂ ਜਿੰਨੀਆਂ ਵੀ ਸਾਡੇ ਦੇ ਨਾਲ ਟੀਮਾਂ ਪੁੱਜੀਆਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪੋ ਆਪਣੀ ਐਂਟਰੀ ਵੀ ਜਮ੍ਹਾਂ ਕਰਵਾਓ ਕਬੱਡੀ ਓਪਨ। ਜਿੱਥੇ ਦੋ ਖਿਡਾਰੀ ਬਾਹਰੋਂ ਖੇਡੇ ਜਾਣੇ ਹੈ, ਜਿੱਥੇ ਬੈਸਟ ਰੇਡਰ ਤੇ ਬੈਸਟ ਜਾਫੀ ਦੇ ਲਈ ਫਰਿੱਜਾਂ ਹੋਣਗੀਆਂ, ਖਿਡਾਰੀ ਵੀ ਜਿੱਥੇ ਵੀ ਆਵਾਜ਼ ਸੁਣਦੇ ਆਪੋ ਆਪਣੀ ਟੀਮ ਐਂਟਰ ਕਰਵਾ ਦਿਓ ਕਬੱਡੀ ਓਪਨ ਪਿੰਡਵਾਰ। 62 ਕਿਲੋ ਤੇ 8 ਟੀਮਾਂ ਦੇ ਵਿੱਚ ਚੌਥਾ ਇਹ ਆਖਰੀ ਮੈਚ ਹੈ ਜੀ।
ਉਦੋਂ ਬਾਅਦ ਸੈਮੀਫਾਈਨਲ ਦੀਆਂ ਟਾਈਆਂ ਅਸੀਂ ਕੱਢਣ ਜਾ ਰਹੇ ਹਾਂ। ਸਾਰੇ ਖਿਡਾਰੀ ਵੀਰਾਂ ਨੂੰ ਬੇਨਤੀ ਆ ਕਿ ਇੱਕ ਇੱਕ ਪਲੇਅਰ ਚਾਰਾਂ ਟੀਮਾਂ ਦਾ ਸਾਡੇ ਕੋਲ ਪਹੁੰਚ ਜੇ। ਕਬੱਡੀ 62 ਕਿਲੋ ਦੇ ਜਿਹੜੇ ਸੈਮੀਫਾਈਨਲ ਦੀਆਂ ਟਾਈਆਂ ਅਸੀਂ ਕੱਢਣ ਜਾ ਰਹੇ ਹਾਂ। ਇਸ ਮੈਚ ਤੋਂ ਬਾਅਦ ਸੈਮੀਫਾਈਨਲ ਸ਼ੁਰੂ ਹੋਊਗਾ ਜੀ। ਚੱਲ ਵੀ ਨੌਜਵਾਨਾਂ ਪਾ ਕਬੱਡੀ ਲਓ ਸਾਹਮਣੇ। ਰਣਜੀਤ ਖੋਸੇ ਕੋਟਲੇ ਪਿੰਡ ਵਾਲਾ, ਜਿੱਥੋਂ ਦੇ ਸੰਤ ਬਾਬਾ ਫਤਿਹ ਸਿੰਘ ਦੀ ਬੜੀ ਅਪਾਰ ਕਿਰਪਾ ਹੈ। ਲਓ ਸਾਹਮਣੇ ਖੋਸੇ ਕੋਟਲੇ ਪਿੰਡ ਵਾਲਾ ਰਣਜੀਤ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਕਿ ਕੌਡੀ ਖੇਡੀ ਤੇ ਖੇਡਦੇ ਬੜੇ ਵੇਖੇ ਵੀ ਕੌਡੀ ਖੇਡੀ ਨਾ ਕਿਸੇ ਹਰਜੀਤ ਵਰਗੀ, ਕਿ ਚਾਰੇ ਪਾਸੇ ਸੀ ਸ਼ੇਰ ਦੀ ਧੁੰਮ ਯਾਰੋ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਵਰਗੀ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ, ਵੇਖੋ ਕੀ ਬਣਦਾ ਕੀ ਜੁੜਦਾ। ਇਹ ਤਾਂ ਸਮੇਂ ਦੀਆਂ ਘੜੀਆਂ ਵੀ ਟਿਕ ਟਿਕ ਕਰਦੀਆਂ ਨੇ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਤੇ ਪੁਆਇੰਟ ਇਸ ਸਮੇਂ ਚੂੜ ਚੱਕ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਇੱਕ ਮਿੰਟ, ਆ ਸਟੇਜ ਤੇ ਜੋ ਆਪਣੇ ਟਾਈਆਂ ਦਾ ਸਿਲਸਿਲਾ ਹੈ, ਮੈਂ ਤੁਹਾਨੂੰ ਬੇਨਤੀ ਕਰਦਾ ਫਾਈਨਲ ਤੱਕ ਮੈਂ ਤੁਹਾਨੂੰ ਟਾਈਆਂ ਕੱਢਤੀਆਂ, ਦੁਬਾਰਾ ਟਾਈਆਂ ਕਿਹਦੀਆਂ ਕੱਢਣੀਆਂ? ਉਹ ਟੀਮਾਂ ਦਾ ਅਨਾਊਂਸਮੈਂਟ ਕਰ ਦਿਓ ਕਿਹਦਾ ਕਿਹਦਾ ਨਾਲ ਆਪਾਂ ਪਲੇਅਰ। ਉਹ ਨੰਬਰ ਨੰਬਰ ਨੋਟ ਕਰਨ ਲੱਗੇ ਮਾਸਟਰ ਜੀ, ਨੰਬਰ ਬੋਲ ਦੋ। ਹਾਂਜੀ 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 ਇਸ ਦਾ। ਹਾਂਜੀ ਹਾਂਜੀ ਟਾਈਆਂ ਨਹੀਂ ਕੱਢਦੇ ਜੀ। ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜੀਆਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪੋ ਆਪਣੀਆਂ ਟੀਮਾਂ ਦੀ ਐਂਟਰੀ ਵੀ ਜਮ੍ਹਾਂ ਕਰਵਾ ਦਿਓ। ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜੀਆਂ ਨੇ ਉਹਨਾਂ ਦਾ ਇੱਥੇ ਪੁੱਜਣ ਤੇ ਧੰਨਵਾਦ ਹੈ। ਲਓ ਸਾਹਮਣੇ ਇਸ ਸਮੇਂ ਤੇਜੀ ਖੋਸੇ ਕੋਟਲੇ ਪਿੰਡ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ। ਲਓ ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਤਾਵਾ ਕਿ ਘੁੰਮ ਕੇ ਮੈਂ ਦੁਨੀਆ ਸਾਰੀ ਵੇਖ ਲਈ ਕਿ ਰੋਟੀ ਮਿਲੀ ਨਾ ਪੰਜਾਬ ਦੇ ਤੰਦੂਰ ਵਰਗੀ, ਕਿ ਲੱਕ ਮਾਰਨੀਆਂ ਜੁੱਤੀਆਂ ਤਾਂ ਬੜੇ ਪਾਉਂਦੇ ਵੇਖੇ ਵੀ ਜੁੱਤੀ ਮਿਲੀ ਨਾ ਕਿਤੋਂ ਕਸੂਰ ਵਰਗੀ, ਕਿ ਖੇਡ ਪ੍ਰਮੋਟਰ ਤਾਂ ਬੜੇ ਵੇਖੇ ਕਿ ਗੱਲ ਬਣਦੀ ਨੀ ਜਲੰਧਰ ਸਿੰਘ ਸਿੱਧੂ ਤੇ ਮੇਜਰ ਭਲੂਰ ਵਰਗੀ, ਕਿ ਲੰਘੇ ਆਣੀਆਂ ਬੇਅੰਤ ਤੂੰ ਵੀ ਲਿਖਦਾ ਹੋਵੇਂਗਾ ਕਿ ਕਲਮ ਲੱਭਣੀ ਨੀ ਰਾਜੂ ਦੱਦਾ ਹੋਰ ਵਰਗੀ, ਕਿ ਕਲਮ ਲੱਭਣੀ ਨੀ ਰਾਜੂ ਦੱਦਾ ਹੋਰ ਵਰਗੀ। ਚੱਲ ਵੀ ਨੌਜਵਾਨਾਂ ਪਾ ਕਬੱਡੀ। ਲਓ ਸਾਹਮਣੇ ਚੂੜ ਚੱਕ ਪਿੰਡ ਵਾਲਾ ਇਸ ਸਮੇਂ ਮੱਖਣ ਕਬੱਡੀ ਕਬੱਡੀ ਕਰਦਾ ਹੋਇਆ। ਚਾਰ ਜਾਪੀ ਖੋਸੇ ਕੋਟਲੇ ਦੀ ਧਰਤੀ ਦੇ ਨੇ। ਲਓ ਜਿੱਥੋਂ ਦੇ ਸ਼ੇਰੇ ਵਰਗੇ, ਬੂਟੇ ਵਰਗੇ, ਨਰਪੈ ਵਰਗੇ ਮਹਾਨ ਕਬੱਡੀ ਖਿਡਾਰੀਆਂ ਦਾ ਨਗਰ ਹੈ। ਲਓ ਸਾਹਮਣੇ ਜੱਗਾ ਖੋਸੇ ਕੋਟਲੇ ਪਿੰਡ ਦਾ ਇਸ ਸਮੇਂ ਮੂਹਰੇ ਹੋ ਕੇ ਡੱਕਣ ਦੀਆਂ ਗੱਲਾਂ ਕਰਦਾ ਹੋਇਆ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ, ਵੇਖੋ ਕੀ ਬਣਦਾ ਕੀ ਜੁੜਦਾ। ਲਓ ਸਾਹਮਣੇ ਇਸ ਸਮੇਂ ਖਿੱਚਾ ਧੂਈ ਜਾ ਰਹੀ ਹੈ, ਵੇਖੋ ਕੀ ਬਣਦਾ, ਤੇ ਪੁਆਇੰਟ ਇਸ ਸਮੇਂ ਖੋਸੇ ਕੋਟਲੇ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾ ਕਬੱਡੀ। ਲਓ ਸਾਹਮਣੇ ਇਸ ਸਮੇਂ ਰਣਜੀਤ ਖੋਸੇ ਕੋਟਲੇ ਪਿੰਡ ਦਾ ਕਬੱਡੀ ਕਬੱਡੀ ਕਰਦਾ ਹੋਇਆ। ਗਿੱਦੜੀ ਜਨਮ ਦਿੰਦੀ ਹੈ ਗਿੱਦੜਾਂ ਨੂੰ, ਕਿ ਸ਼ੇਰ ਨਹੀਂ ਕਰ ਸਕਦੀ ਹੈ ਛੇਰ ਪੈਦਾ, ਜਿਹੜੀ ਜ਼ਮੀਨ ਦੇ ਵਿੱਚ ਹੋਵੇ ਗਿੱਲ ਪੂਰੀ ਹੁੰਦੀ ਉਹਦੇ ਵਿੱਚ ਫਸਲ ਹੈ ਢੇਰ ਪੈਦਾ, ਜਿਹੜੇ ਮਾਪਿਆਂ ਨੇ ਕੀਤੀ ਹੋਵੇ ਤਪੱਸਿਆ ਤੇ ਉਹਨਾਂ ਦੇ ਘਰ ਹੁੰਦਾ ਏ ਪੁੱਤ ਪਲੇਅਰ ਪੈਦਾ, ਉਹਨਾਂ ਦੇ ਘਰ ਹੁੰਦਾ ਏ ਪੁੱਤ ਪਲੇਅਰ ਪੈਦਾ। ਚੱਲ ਵੀ ਨੌਜਵਾਨਾਂ ਪਾ ਕਬੱਡੀ। ਲਓ ਸਾਹਮਣੇ ਧੱਲੇ ਗਿਆਂ ਦੀ ਧਰਤੀ ਦਾ ਸਮੇਂ, ਕਹਿੰਦੇ ਵੀ ਡੌਲੇ ਤੇ ਹੈਲੋ ਬਈ 7 ਸਾਲਾਂ ਬਜ਼ੁਰਗ 12 ਵਜੇ ਤੋਂ ਪਹਿਲਾਂ ਆਪਣੇ ਨਾਂ ਲਿਖਵਾ ਦਿਓ ਆ ਕੇ ਸਟੇਜ ਤੇ, 12 ਵਜੇ ਉਹਨਾਂ ਦੀਆਂ ਦੌੜਾਂ ਕਰਾ ਦੇਣੀਆਂ ਜੀ। 60 ਸਾਲਾਂ ਵਾਲੇ ਆਓ ਬਜ਼ੁਰਗੋ, ਫਟਾਫਟ ਸਾਡੇ ਕੋਲ ਸਟੇਜ ਤੇ ਪਹੁੰਚੋ ਤੇ ਇਨਾਮ ਜਿੱਤੋ। ਅੱਜ ਕਹਿੰਦੇ ਵੀ ਪਿੰਡ ਮਲਾਵੇ ਦਾ ਪੂਰਾ ਕਬੱਡੀ ਦਾ ਕੱਪ ਪੰਜਾਬ ਲਾਈਵ.com ਦੇ ਜ਼ਰੀਏ ਬਾਈ ਨੀਟੇ ਹੋਣੇ ਹੈਪੀ ਹੋਣੇ, ਗਗਨ ਵਰਗੇ ਇੰਦਰਜੀਤ ਵਰਗੇ ਵੀਰ ਵੀ ਪੁੱਜੇ ਨੇ ਅੱਜ ਨੈੱਟ ਦੇ ਜ਼ਰੀਏ, ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਕਬੱਡੀ ਦਾ ਲਾਈਵ ਦਿਖਾਇਆ ਜਾਵੇਗਾ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ, ਚੂੜ ਚੁੱਕ ਪਿੰਡ ਵਾਲਾ ਸੋਨੀ, ਜਿੱਥੋਂ ਦੇ ਕਹਿੰਦੇ ਵੀ ਗੁਰਜੰਟ ਜਾਟਰ ਹੋਣਾ ਨੇ, ਕਾਲੇ ਹੋਣਾ ਨੇ, ਇੰਦਰਜੀਤ ਹੋਣਾ ਨੇ ਤਗੜੀ ਕਬੱਡੀ ਖੇਡੀ। ਲਓ ਸਾਹਮਣੇ ਅੱਜ ਪੁਆਇੰਟ ਚੂੜ ਚੱਕ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਅਗਲੀਆਂ ਟੀਮਾਂ ਦੀਆਂ ਟਾਈਆਂ ਨਿਕਲਦੇ ਨੇ ਸਾਡੇ ਵੀਰ। ਚੱਲ ਵੀ ਨੌਜਵਾਨਾਂ ਪਾ ਕਬੱਡੀ। ਲਓ ਸਾਹਮਣੇ ਧੱਲੇ ਕੇ ਪਿੰਡ ਦਾ ਗੱਭਰੂ, ਅੱਜ ਕਹਿੰਦੇ ਵੀ ਚੂੜ ਚੱਕ ਵਾਲਿਆਂ ਨੇ ਮੰਗ ਮਾ ਯਾਰ ਉਧਾਰਾ ਲੈ ਜਾਂਦਾ। ਲਓ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ ਕਿ ਗੱਭਰੂ
ਉਦੇਸ਼ ਮੇਰੇ ਦੇ ਸੋਹਣੇ ਕਿ ਚੌੜੀਆਂ ਹਿੱਕਾਂ ਤੇ ਮਨਮੋਹਣੇ ਜਦ ਆਉਂਦੇ ਵਿੱਚ ਮੈਦਾਨਾਂ ਦੇ ਕਿ ਵੇਖਣ ਵਾਲੇ ਹੁੰਦੇ ਦੋਸਤ। ਹੈਲੋ ਹਾਂਜੀ, ਅਗਲਾ ਮੈਚ ਮਨਾਵਾ ਵਰਸਸ ਬਲਖੰਡੀ ਦਾ ਹੋਊਗਾ ਜੀ। ਹੈਲੋ, ਮਨਾਵਾ ਤੇ ਬਲਖੰਡੀ ਦੀ ਟੀਮ ਆਵੇ ਗਰਾਊਂਡ ਵਿੱਚ, ਮਨਾਵਾ ਤੇ ਬਲਖੰਡੀ ਫਾਈਨਲ ਦਾ ਪਹਿਲਾ ਮੈਚ ਮਨਾਵਾ ਵਰਸਸ ਬਲਖੰਡੀ। ਹੈਲੋ, ਜਿਹੜੇ 60 ਸਾਲਾਂ ਦੇ ਬਜ਼ੁਰਗ ਆ ਜੀ, ਉਹ ਆਪਣਾ ਆਈਡੈਂਟੀ ਕਾਰਡ ਪ੍ਰੂਫ ਨਾਲ ਲੈ ਕੇ ਆਉਣ ਸਟੇਜ ਤੇ, ਜਦੋਂ ਦੌੜਾ ਹੋਣੀਆਂ ਨਾ ਉਹ ਪ੍ਰੂਫ ਆਪਣਾ ਨਾਲ ਲੈ ਕੇ ਆਉਣ, ਆਈਡੈਂਟੀ ਕਾਰਡ ਜੀ, ਜਾਂ ਉਹ ਆਪਣਾ ਆਧਾਰ ਕਾਰਡ ਬਣਾਏ ਹੋਏ ਆ। ਹਾਂਜੀ ਹੈਲੋ, ਹਾਂਜੀ ਪਹਿਲਾ ਸੈਮੀਫਾਈਨਲ ਮਨਾਵਾ ਤੇ ਬਲਖੰਡੀ, ਮਨਾਵਾ ਏ ਤੇ ਬਲਖੰਡੀ ਪਹਿਲਾ ਸੈਮੀਫਾਈਨਲ। ਮਨਾਵਾ ਏ ਤੇ ਬਲਖੰਡੀ ਦੀ ਟੀਮ ਜਲਦੀ ਤੋਂ ਜਲਦੀ ਆਪੋ ਆਪਣੇ ਕੱਪੜੇ ਉਤਾਰ ਕੇ ਚੱਲਦੇ ਮੈਚ ਦੀ ਟੀਮਾਂ ਪਹੁੰਚਣੀਆਂ ਜ਼ਰੂਰੀ ਨੇ। ਜਿਹੜਾ ਦੂਜਾ ਮੈਚ ਹੋਊਗਾ ਉਹ ਸਾਫੂ ਵਾਲਾ ਤੇ ਜਿਹੜੀ ਇਹਨਾਂ ਚੋਂ ਜੇਤੂ ਹੋਊਗੀ, ਇਹ ਦੋ ਸੈਮੀਫਾਈਨਲ ਹੋਣੇ ਆ। ਠੀਕ ਹੈ ਜੀ, ਮਨਾਵਾ ਤੇ ਬਲਖੰਡੀ ਦੀ ਟੀਮ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਵੇ। ਮਨਾਵਾ ਤੇ ਬਲਖੰਡੀ ਜਿੱਥੇ ਵੀ ਬਾਸ ਹੁੰਦੇ ਨੇ, ਇੱਕ ਮਿੰਟ ਦੀ ਕਾਲ ਹੈ। ਮਨਾਵਾ ਤੇ ਬਲਖੰਡੀ ਦੀ ਟੀਮ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਵੇ। ਇਹਨਾਂ ਤੋਂ ਜਿਹੜੀ ਟੀਮ ਜਿੱਤੂਗੀ ਉਸਨੇ ਸਾਫੂਆ ਦੇ ਨਾਲ ਸੈਮੀਫਾਈਨਲ ਮੁਕਾਬਲਾ ਖੇਡਣਾ ਹੈ। ਚੱਲ ਵੀ ਨੌਜਵਾਨਾਂ ਪਾ ਕਬੱਡੀ ਲਓ, ਸਾਹਮਣੇ ਖੋਸੇ ਕੋਟ ਦੇ ਪਿੰਡ ਵਾਲਾ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਕਿ ਫੋੜੇ ਬਣ ਬਣ ਨਿਕਲੇ, ਹੱਕ ਬਗਾਨਾ ਖਾਈਏ ਜੇ ਤੇ ਵੱਧ ਜੇ ਕਿਲੋ ਖੂਨ, ਮਾੜੇ ਨੂੰ ਹੱਸ ਬੁਲਾਈਏ ਜੇ, ਜੇ ਬੰਦੇ ਆਮ ਵਿੱਚ ਹੋ ਜੇ ਬੇਚਤੀ ਤੇ ਜਿਉਂਦੇ ਮਰ ਜਾਈਦਾ, ਕਿ ਪੈਂਦਾ ਪੂਰਾ ਮੁੱਲ ਵਿੱਚ ਗਰਾਊਂਡਾਂ ਦੇ ਮਿਹਨਤ ਲਾਈਦਾ। ਲਓ ਅੱਜ ਕਹਿੰਦੇ ਵੀ ਮਿਹਨਤਾਂ ਮਸਕਤਾਂ ਦੇ ਮੁੱਲ ਪਾਏ ਨੇ। ਅੱਜ ਇਹ ਮਨਾਵੇ ਦੀ ਪਾਵਣ ਤੇ ਪਵਿੱਤਰ ਧਰਤੀ ਹੈ ਜਿੱਥੇ ਸੰਤ ਬਾਬਾ ਹਰਨਾਮ ਸਿੰਘ ਜੀ ਪਾਤਸ਼ਾਹੀ ਜੀ ਬੜੀ ਅਪਾਰ ਕਿਰਪਾ ਇਸ ਨਗਰ ਦੇ ਉੱਤੇ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਇਸ ਸਮੇਂ, ਚੂੜ ਚੁੱਕ ਪਿੰਡ ਵਾਲਾ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਤੇ ਪੁਆਇੰਟ ਇਸ ਸਮੇਂ ਚੂੜ ਚੱਕ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਮਨਾਵਾ ਤੇ ਬਲਖੰਡੀ ਦੀ ਟੀਮ ਵੀ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਵੇ। ਮਨਾਵਾ ਤੇ ਬਲਖੰਡੀ ਚੱਲ ਵੀ ਨੌਜਵਾਨਾਂ ਪਾਕ ਬੜੀ। ਲਓ ਸਾਹਮਣੇ ਰਣਜੀਤ ਇਸ ਸਮੇਂ ਖੋਸੇ ਕੋਟਲੇ ਦੀ ਧਰਤੀ ਦਾ, ਕਿ ਗੁਰੂਆਂ ਸਾਨੂੰ ਦਿੱਤਾ ਏ ਵਰਦਾਨ ਕਬੱਡੀ ਦਾ, ਕਿ ਪੂਜਣ ਯੋਗ ਹੁੰਦਾ ਏ ਜੰਗ ਮੈਦਾਨ ਕਬੱਡੀ ਦਾ, ਕਿ ਹਰ ਇੱਕ ਮਾਂ ਦੀ ਤਮੰਨਾ ਹੁੰਦੀ ਹੈ ਕਿ ਵੱਡਾ ਹੋ ਕੇ ਮੇਰਾ ਪੁੱਤ ਬਣ ਜੇ ਬਲੀ ਕਪਤਾਨ ਕਬੱਡੀ ਦਾ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ, ਵੇਖੋ ਕੀ ਬਣਦਾ ਕੀ ਜੁੜਦਾ। ਲਓ ਸਾਹਮਣੇ ਇਸ ਸਮੇਂ ਖਿੱਚਾ ਧੂਈ ਜਾ ਰਹੀ ਹੈ ਤੇ ਪੁਆਇੰਟ ਇਸ ਸਮੇਂ ਕਹਿੰਦੇ ਵੀ ਚੂੜ ਚੱਕ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾ ਪਾ ਕਬੱਡੀ। ਲਓ ਸਾਹਮਣੇ ਇਸ ਸਮੇਂ ਧੱਲੇ ਕੇ ਪਿੰਡ ਦਾ ਗੱਭਰੂ ਅੱਜ ਕਹਿੰਦੇ ਵੀ ਚੂੜ ਚੱਕ ਦਾ ਪੁੱਤ ਬਣ ਕੇ ਖੇਡਦਾ। ਲਓ ਸਾਹਮਣੇ ਇਸ ਸਮੇਂ ਗੱਭਰੂ ਦਾ ਬੋਲਿਆ ਹੋਇਆ ਦਾਵਾ, ਕਿ ਮੋਟੇ ਮੋਟੇ ਪੱਟਾਂ ਉੱਤੇ ਪੈਂਦੀਆਂ ਨੇ ਕੁੱਗੀਆਂ, ਕਿ ਸ਼ੇਰਾਂ ਦੀਆਂ ਦਹਾੜਾਂ ਵਿੱਚ ਤਾਕਤਾਂ ਨੇ ਗੁੱਝੀਆਂ, ਕਿ ਜ਼ੋਰ ਲੱਗੂ ਚੋਟੀ ਅੱਡੀ ਦਾ, ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ। ਹਾਂਜੀ ਹੈਲੋ, ਪਲੀਜ਼ ਓਪਨ ਦੀਆਂ ਟੀਮਾਂ ਸਾਡੇ ਕੋਲ ਆਪਦੀ ਐਂਟਰੀ ਫੀਸ ਜਮ੍ਹਾਂ ਕਰਾ ਦੇਣ ਤੇ ਐਂਟਰ ਹੋ ਜਾਣ। 12 ਵਜੇ ਤੋਂ ਬਾਅਦ ਅਸੀਂ ਕੋਈ ਵੀ ਟੀਮ ਐਂਟਰ ਨਹੀਂ ਕਰਨੀ ਗੀ। ਕਬੱਡੀ ਓਪਨ ਦੀਆਂ ਟੀਮਾਂ ਜਿੱਥੇ ਵੀ ਬਾਸ ਹੁੰਦੀ ਆਪੋ ਆਪਣੀ ਐਂਟਰੀ ਫੀਸ ਜਮ੍ਹਾਂ ਕਰਵਾ ਦਿਓ। ਕਬੱਡੀ ਓਪਨ ਸਾਡੇ ਵੀਰ ਜਿੱਥੇ ਵੀ ਬਾਸ ਹੁੰਦੇ ਨੇ, ਕਬੱਡੀ ਓਪਨ ਦੇ ਖਿਡਾਰੀ ਆਪੋ ਆਪਣੀ ਐਂਟਰੀ ਫੀਸ ਜਮ੍ਹਾਂ ਕਰਵਾ ਦਿਓ। ਲਓ ਸਾਹਮਣੇ ਖੋਸੇ ਕੋਟ ਦੇ ਪਿੰਡ ਵਾਲਾ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ। ਹੈਲੋ, ਆਪਣਾ ਜਗਸੀਰ ਜੀ, ਓਪਨ ਟੀਮਾਂ ਕਿੰਨੀਆਂ ਕੁ ਆਈਆਂ ਆਪਣੇ ਕੋਲ ਦੱਸੋ। ਸੇਵਾਦਾਰਾਂ ਨੂੰ ਬੇਨਤੀ ਹੈ ਕਿ ਚਾਹ ਪਹੁੰਚੀ ਕਰੋ ਗਰਾਊਂਡ ਵਿੱਚ ਚਾਹ। ਹਾਂਜੀ ਹਾਂਜੀ, ਕਰੀ ਜਾਂਦੇ ਜੀ ਐਂਟਰ, ਅਜੇ ਹੋਈ ਜਾਂਦੀਆਂ ਟੀਮਾਂ। ਅੱਛਾ, ਕੋਈ ਗੱਲ ਨਹੀਂ, ਫਿਰ ਜੀ ਆ ਜਾਣਗੀਆਂ। ਸੇਵਾਦਾਰ ਵੀਰਾਂ ਨੂੰ ਬੇਨਤੀ ਹੈ ਕਿ ਜੋ ਸਾਡੇ ਪੁਆਇੰਟ ਲਿਖਣ ਨੇ ਵੀਰ, ਉਹਨਾਂ ਵਾਸਤੇ ਚਾਹ ਪਹੁੰਚਦੀ ਕਰੋ ਗਰਾਊਂਡ ਦੇ ਵਿੱਚ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਇਸ ਸਮੇਂ, ਚੂੜ ਚੱਕਦੇ ਕਹਿੰਦੇ ਵੀ ਅੱਜ ਖਿਡਾਰੀ ਨੇ ਪਾਈ ਰੇਡ ਤੇ ਪੁਆਇੰਟ ਇਸ ਸਮੇਂ।
ਝੂੜ ਚੱਕ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਲਓ ਸਾਹਮਣੇ ਖੋਸੇ ਕੋਟਲੇ ਪਿੰਡ ਵਾਲਾ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ। ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਤਾਵਾ ਕਿ ਸ਼ੀਸ਼ੇ ਅੱਗੇ ਛਾਤੀ ਤਾਂ ਹਰੇਕ ਤਣਦਾ ਤੇ ਘਰ ਵਿੱਚ ਦਾਰਾ ਸਿੰਘ ਹਰੇਕ ਬਣਦਾ ਕਿ ਪੈਂਦਾ ਜਦੋਂ ਕਿਸੇ ਨਾਲ ਵਾਜ ਉਹਦੇ ਆ ਤੇ ਲੈਂਦੇ ਨੇ ਬਗਾਨੇ ਪੁੱਤ ਢਾਜ ਉਹਦੇ ਆ ਤੇ ਚਾਹੀਦੀ ਫਲਾਦ ਜਿਹੀ ਹੱਡੀ ਲੰਘੇ ਆਣੀਆਂ ਕਿ ਸੌਖੀ ਨਹੀਂ ਉਹ ਖੇਡਣੀ, ਕਬੱਡੀ ਲੰਘੇ ਆਣੀਆਂ ਕਿ ਬੜੀ ਔਖੀ ਖੇਡਣੀ, ਕਬੱਡੀ ਲੰਘੇ ਆਣੀਆਂ ਤੇ ਪੁਆਇੰਟ ਇਸ ਸਮੇਂ ਖੋਸੇ ਕੋਟਲੇ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਚੱਲ ਵੀ ਜੁੜ ਚੁੱਕੀ ਆ ਪਾ ਕਬੱਡੀ, ਲਓ ਸਾਹਮਣੇ ਇਸ ਸਮੇਂ ਠੰਡੇ ਠਾਰ ਪਾਣੀ ਦੀ ਘੁੱਟ ਪੀਤੀ ਹੈ। ਲਓ ਸਾਹਮਣੇ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਕਿ ਲਾਈ ਹੱਥਾਂ ਨੂੰ ਕਲੀ ਤੇ ਕਲੂ ਮੌਲਾ ਭਰੀ ਤੇ ਜਵਾਨੀ ਰੇਡ ਤੇ ਚੱਲੀ ਹੈ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਲਓ ਸਾਹਮਣੇ ਕਿ ਗੱਭਰੂ ਦੇਸ਼ ਮਿਲ ਰਹੇ ਪਲੀਜ਼। ਹਾਂਜੀ ਅਸੀਂ ਪਹਿਲੀਆਂ 32 ਟੀਮਾਂ ਹੀ ਐਂਟਰ ਕਰ ਰਹੀਆਂ, ਉਸ ਤੋਂ ਬਾਅਦ ਅਸੀਂ ਕੋਈ ਟੀਮ ਨਹੀਂ ਐਂਟਰ ਕਰਨੀ, ਪਹਿਲੀਆਂ 32 ਟੀਮਾਂ ਐਂਟਰ ਕਰਨੀਆਂ। ਮਨਾਵਾ ਤੇ ਬਲਖੰਡੀ ਦੀ ਟੀਮ ਨੂੰ ਇੱਕ ਮਿੰਟ ਦੀ ਕਾਲ ਹੈ, ਜਿੱਥੇ ਵੀ ਆਵਾਜ਼ ਸੁਣਦੇ ਨੇ ਮਨਾਵਾ ਤੇ ਬਲਖੰਡੀ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ। ਮਨਾਵਾ ਤੇ ਬਲਖੰਡੀ ਦੀ ਟੀਮ ਜਿੱਥੇ ਵੀ ਆਵਾਜ਼ ਸੁਣਦੀ ਨੇ, ਸੈਮੀ ਫਾਈਨਲ ਮੁਕਾਬਲਾ ਹੋਵੇਗਾ ਪਹਿਲਾਂ। ਲਓ ਸਾਹਮਣੇ ਖੋਸੇ ਕੋਟਲੇ ਪਿੰਡ ਵਾਲਾ ਗੱਭਰੂ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ। ਲਓ ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਤਾਵਾ ਕੀ ਬੈਠ ਖੁੰਡਾ ਤੇ ਲੈਣਾ ਕਿ ਮਾੜੀ ਆਤ ਗੱਪਾਂ ਦੀ ਕਿ ਮੁੰਡੇ ਉਹ ਡੰਡ ਬੈਠਕਾਂ ਲਾ ਲਓ, ਬੇਕਬੱਡੀ ਹੋ ਗਈ ਲੱਖਾਂ ਦੀ, ਮੁੰਡੇ ਉਹ ਡੰਡ ਬੈਠਕਾਂ ਲਾ ਲਓ, ਕਬੱਡੀ ਹੋ ਗਈ ਲੱਖਾਂ ਦੀ। ਚੱਲ ਵੀ ਨੌਜਵਾਨਾਂ ਪਾ ਕਬੱਡੀ, ਲਓ ਸਾਹਮਣੇ ਇਸ ਸਮੇਂ ਕਿ ਨੰਗੇ ਪਿੰਡੇ ਤੇ ਜਵਾਨੀ ਜ ਚਮਕਦੀ ਹੈ ਕਿ ਜਿਵੇਂ ਚਮਕਦਾ ਸੋਨਾ ਸੁਨਿਆਰਦਾ ਏ ਕਿ ਪਤਾ ਵਿੱਚ ਮੈਦਾਨ ਦੇ ਉਦੋਂ ਲੱਗੂ ਵੀ ਕਿਹੜਾ ਜਿੱਤਦਾ ਤੇ ਕਿਹੜਾ ਹਾਰਦਾ ਏ, ਪਤਾ ਵਿੱਚ ਮੈਦਾਨ ਦੇ ਉਦੋਂ ਲੱਗੂ ਕਿਹੜਾ ਜਿੱਤਦਾ ਤੇ ਕਿਹੜਾ ਹਾਰਦਾ ਏ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਤੇ ਪੁਆਇੰਟ ਇਸ ਸਮੇਂ ਝੂੜ ਚੱਕ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਮਨਾਵਾ ਤੇ ਬਲਖੰਡੀ ਦੀ ਟੀਮ ਚੱਲਦੇ ਮੈਚ ਵਿੱਚ, ਦੋਨੋਂ ਟੀਮਾਂ ਪਹੁੰਚਣੀਆਂ ਜ਼ਰੂਰੀ ਨੇ। ਮਨਾਵਾ ਤੇ ਬਲਖੰਡੀ ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜੀਆਂ ਉਹਨਾਂ ਨੂੰ ਬੇਨਤੀ ਹੈ ਕਿ ਆਪੋ ਆਪਣੀ ਐਂਟਰੀ ਵੀ ਜਮ੍ਹਾਂ ਕਰਵਾਓ ਕਬੱਡੀ ਓਪਨ। ਲਓ ਸਾਹਮਣੇ ਇਸ ਸਮੇਂ ਖੋਸੇ ਕੋਟਲੇ ਪਿੰਡ ਵਾਲਾ ਗੱਭਰੂ ਫੇਰ ਕਬੱਡੀ ਕਬੱਡੀ ਕਰਦਾ ਹੋਇਆ। ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਤਾਵਾ ਵੀ ਸੀ ਪੁੱਤ ਭਰਾੜਾਂ ਦਾ, ਜਿਹਦਾ ਪਿੰਡ ਸੀ ਬਾਜਾ ਖਾਨਾ, ਅੱਖੀਆਂ ਤੋਂ ਦੂਰ ਗਿਆ ਬੰਨ ਕੇ ਲਾੜੀ ਮੌਤ ਦਾ ਗਾਨਾ, ਕਿ ਉਹਦੇ ਇੱਕ ਇੱਕ ਨਖਰੇ ਤੇ ਜੱਟ ਲੁੱਡੀਆਂ ਪਾਉਂਦਾ ਸੀ ਕਿ ਮੋਰ ਵੀ ਸ਼ਰਮਾ ਜਾਂਦੇ, ਜਦੋਂ ਜੱਟ ਪਹਿਲਾਂ ਪਾਉਂਦਾ ਸੀ ਕਿ ਮੋਰ ਵੀ ਸ਼ਰਮਾ ਜਾਂਦੇ ਜਦੋਂ ਜੱਟ ਪਹਿਲਾਂ ਪਾਉਂਦਾ ਸੀ। ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ, ਇਸ ਸਮੇਂ ਵੇਖੋ ਕੀ ਬਣਦਾ ਕੀ ਜੁੜਦਾ, ਤੇ ਖਤਰੇ ਦਾ ਘੁੱਗੂ ਬੋਲ ਪਿਆ ਤੇ ਪੁਆਇੰਟ ਇਸ ਸਮੇਂ ਝੂੜ ਚੱਕ ਦੀ ਟੀਮ ਦੇ ਖਾਤੇ ਵੀ ਜੁੜਦਾ ਹੋਇਆ। ਬਾਈ ਜੀ ਮੰਨੇ ਝੂੜ ਚੱਕ ਦੀ ਟੀਮ ਜੇਤੂ ਹੈ ਜੀ, ਨੋਟ ਕਰ ਲਓ ਝੂੜ ਚੱਕ ਦੀ ਟੀਮ ਜੇਤੂ ਆ। ਠੀਕ ਆ ਬਾਈ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਆਓ ਜੀ ਮਨਾਵਾ ਤੇ ਬਲਖੰਡੀ, ਜਿੱਥੇ ਵੀ ਆਵਾਜ਼ ਸੁਣਦੇ ਨੇ ਮਨਾਵਾ ਤੇ ਬਲਖੰਡੀ ਸਾਫੂ ਵਾਲੇ ਨੇ ਖੇਡਣਾ, ਝੂੜ ਚੱਕ ਦੇ ਨਾਲ ਸੈਮੀ ਫਾਈਨਲ ਮੁਕਾਬਲੇ ਖੇਡੇ ਜਾਣਗੇ। ਮਨਾਵਾ ਤੇ ਬਲਖੰਡੀ ਦੀ ਟੀਮ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ। ਮਨਾਵਾ ਤੇ ਬਲਖੰਡੀ ਦੀਆਂ ਟੀਮਾਂ ਜਿੱਥੇ ਵੀ ਆਵਾਜ਼ ਸੁਣਦੀਆਂ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ। ਮਨਾਵਾ ਤੇ ਬਲਖੰਡੀ ਮਨਾਵਾ ਤੇ ਬਲਖੰਡੀ ਦੀ ਟੀਮ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਵੇ। ਗਰਾਊਂਡ ਵਿਹਲਾ ਪਿਆ, ਜਿੱਥੇ ਵੀ ਖਿਡਾਰੀ ਵੀਰ ਆਵਾਜ਼ ਸੁਣਦੇ ਨੇ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ। ਮਨਾਵਾ ਤੇ ਬਲਖੰਡੀ ਦੀ ਟੀਮ ਨੂੰ ਇੱਕ ਮਿੰਟ ਦੀ ਕਾਲ ਹੈ, ਜਿੱਥੇ ਵੀ ਆਵਾਜ਼ ਸੁਣਦੇ ਨੇ ਜਲਦੀ ਤੋਂ ਗਰਾਊਂਡ ਵਿੱਚ ਆਉਣ। ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਪੁੱਜ ਰਹੀਆਂ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪੋ ਆਪਣੀ ਐਂਟਰੀ ਫੀ ਜਮ੍ਹਾਂ ਕਰਵਾਓ ਕਬੱਡੀ ਓਪਨ। ਹੈਲੋ, 60 ਸਾਲਾ ਵੀਰ ਮੇਰੇ ਸਟੇਜ ਤੇ ਆ ਕੇ ਨਾਂ ਲਿਖਾਉਣ ਤਾਂ ਕਿ 12 ਵਜੇ ਉਹਨਾਂ ਦੀਆਂ ਦੌੜਾਂ ਕਰਾਈਆਂ ਜਾਣ।
60 ਸਾਲਾ ਮੇਰੇ ਵੀਰ ਆ ਕੇ ਨਾਂ ਲਿਖਾਓ, ਜਿੱਥੋਂ ਵੀ ਦੂਰੋਂ ਦੂਰੋਂ ਆਏ ਤਾਂ ਵੀ ਆ ਕੇ ਲਿਖਾਓ ਵੀਰ ਮੇਰੇ, ਅਤੇ ਨਾਲ ਪ੍ਰੂਫ ਲੈ ਕੇ ਆਓ। ਬਾਈ ਜੀ ਗਰਾਊਂਡ ਵਿੱਚ ਚਾਹ ਪਹੁੰਚਦੀ ਕਰੋ, ਚਾਹ ਵਾਲੇ ਵੀਰ ਨੂੰ ਬੇਨਤੀ ਹੈ, ਸੇਵਾਦਾਰ ਜਿੱਥੇ ਵੀ ਆਵਾਜ਼ ਸੁਣਦਾ ਹੈ ਚਾਹ ਪਹੁੰਚਦੀ ਕਰੋ ਗਰਾਊਂਡ ਵਿੱਚ, ਚਾਹ ਵਾਲਾ ਵੀਰ ਜਿੱਥੇ ਵੀ ਆਵਾਜ਼ ਸੁਣਦਾ ਹੈ। ਹੈਲੋ ਬਾਈ ਜੀ, ਓਪਨ ਵਾਲੀਆਂ ਟੀਮਾਂ ਨੋਟ ਕਰਨ ਵੀ ਅਸੀਂ ਦੋ ਖਿਡਾਰੀ ਬਾਹਰੋਂ ਖਿਡਾਉਣੇ ਆ, ਦੋ ਖਿਡਾਰੀ ਆ ਬਾਹਰੋਂ, ਮਨਾਵਾ ਤੇ ਬਲਖੰਡੀ ਟੀਮਾਂ, ਇਹ ਦੋਵੇਂ ਗਰਾਊਂਡ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਦਰਸ਼ਕ ਤੁਹਾਨੂੰ ਬਹੁਤ ਚਾਹੁੰਦੇ ਆ, ਫਟਾਫਟ ਮਨਾਵੇ ਦੀ ਟੀਮ ਵਾਲਿਆਂ ਨੂੰ ਵੇਖੋ। ਮੰਨੇ ਨੋਟ ਕਰੀ, ਡਰੋਲੀ ਭਾਈ ਦੀ ਟੀਮ ਫੋਨ ਆ ਗਿਆ ਸਾਨੂੰ, ਉਹਨੂੰ ਐਂਟਰੀ ਕਰ ਲਾ। ਡਰੋਲੀ ਭਾਈ, ਡਰੋਲੀ ਭਾਈ, ਹਾਂ ਸਾਡੇ ਕੋਲ ਐਂਟਰੀ ਫੀਸ ਨਹੀਂ ਪਹੁੰਚੀ ਬਾਈ, ਆ ਜੂਗੀ ਉਹ ਵੀ ਸਟੇਜ ਤੇ ਆਉਣ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਤੇ। ਜਗਤਾਰ ਸਿੰਘ ਜੀ ਤਾਰਾ ਭੱਠੇ ਵਾਲੇ, ਮਨਾਵਾਂ ਤੇ ਬਲਖੰਡੀ ਦੀ ਟੀਮ ਕਿਉਂ ਨਹੀਂ ਆਈ ਗਰਾਊਂਡ ਵਿੱਚ? ਮਨਾਵਾਂ ਤੇ ਬਲਖੰਡੀ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ। ਸਾਪੂ ਵਾਲਾ ਤੇ ਚੂੜ ਚੱਕ, ਪਹਿਲਾ ਸੈਮੀ ਫਾਈਨਲ ਮੈਚ ਹੋਵੇਗਾ ਮਨਾਵਾਂ ਤੇ ਬਲਖੰਡੀ, ਜਿੱਥੇ ਵੀ ਵਾਸ ਹੁੰਦੇ ਨੇ। ਸਾਡੀ ਟੂਰਨਾਮੈਂਟ ਕਮੇਟੀ ਦਾ ਫੈਸਲਾ, ਇੱਥੇ ਦੋਈ ਦੋਨੋਂ ਟੀਮਾਂ ਕੱਟਣ ਲੱਗੇ ਆ, ਜਿੱਥੇ ਵੀ ਵਾਸ ਹੁੰਦੇ ਨੇ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ ਮਨਾਵਾਂ ਤੇ ਬਲਖੰਡੀ। ਮਨਾਵੇਂ ਦੀ ਟੀਮ ਗਰਾਊਂਡ ਵਿੱਚ ਪਹੁੰਚ ਚੁੱਕੀ ਹੈ, ਬਲਖੰਡੀ ਦੀ ਟੀਮ ਗਰਾਊਂਡ ਵਿੱਚ ਆਵੇ ਜਲਦੀ ਤੋਂ ਜਲਦੀ। ਮਨਾਵੇਂ ਦੀ ਟੀਮ ਗਰਾਊਂਡ ਵਿੱਚ ਪਹੁੰਚ ਚੁੱਕੀ ਹੈ, ਬਲਖੰਡੀ ਦੀ ਟੀਮ ਜਿੱਥੇ ਵੀ ਵਾਸ ਹੁੰਦੀ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਵੇ। ਚਾਹ ਵਾਲੇ ਵੀਰ ਨੂੰ ਬੇਨਤੀ ਹੈ ਕਿ ਪੁਆਇੰਟਾਂ ਵਾਲੇ ਵੀਰਾਂ ਤੇ ਚਾਹ ਪਹੁੰਚਦੀ ਕਰੇ, ਚਾਹ ਵਾਲਾ ਵੀਰ। ਹੈਲੋ ਬਾਈ ਜੀ, ਇੱਥੇ ਛੋਟੀ ਸਟੇਜ ਤੇ ਵੀ ਪਾਣੀ ਪਹੁੰਚਦਾ ਕਰ ਦਿਓ ਤੇ ਨਾਲ ਚਾਹ। ਬਲਖੰਡੀ ਦੀ ਟੀਮ ਆਵੇ ਗਰਾਊਂਡ ਵਿੱਚ, ਬਲਖੰਡੀ ਦੀ ਟੀਮ ਜਿੱਥੇ ਵੀ ਆਵਾਜ਼ ਹੁੰਦੀ ਬਲਖੰਡੀ। ਮਨਾਵੇਂ ਦੀ ਟੀਮ ਗਰਾਊਂਡ ਵਿੱਚ ਪਹੁੰਚ ਚੁੱਕੀ ਹੈ, ਬਲਖੰਡੀ ਦੀ ਟੀਮ ਆਵੇ ਗਰਾਊਂਡ ਵਿੱਚ।